ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ, ਵਿਖਤੇ ਅੰਮ੍ਰਿਤ ਹੋਇਓ। ਨਾਮ ਸਤਿਗੁਰ ਮੁਖ ਪਣਿਓ, ਲੋਹਿਓ ਹੋਇਓ ਲਾਲ, ਨਦਰ ਸਤਿਗੁਰ ਜਾ ਧਾਰੈ, ਪਾਹਣ ਮਨ ਕਰੇ ਗਿਆਨ ਗੁਰ ਕਹਿਓ ਵਿਚਾਰੈ। ਪਾਠੋ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨਕੇ ਗਏ, ਸਤਿਗੁਰ ਚਰਨ ਜਿਨ ਪਰਸਿਆ, ਸੇਵਤ ਪ੍ਰੇਤ ਸੁਰ ਨਰ ਭਏ। ਪਤੂ ਪ੍ਰੇਤੋਂ ਦੇਵ ਕਰ ਪੂਰੇ, ਸਤਿਗੁਰ ਕੀ ਵਡਿਆਈ, ਬਲਿਹਾਰੀ ਗੁਰ ਆਪਣੇ ਦੁਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ, ਕਰਤ ਨ ਲਾਗੀ ਵਾਰ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਾਰ ਵਰ ਪੰਖ ਤੇਰਾ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਾਰ ਵਰ ਪੰਖ ਤੇਰਾ, ਪ੍ਰਾਣੀ ਕਿਆ।
ਕਿਆ ਮੇਰਾ ਕਿਆ ਤੇਰਾ, ਜੈਸੇ ਤਰ ਵਰ ਪੰਖ ਤੇਰਾ, ਪ੍ਰਾਣੀ ਕਿਆ ਮੇਰਾ ਤੇਰਾ, ਪ੍ਰਾਣੀ ਕਿਆ ਮੇਰਾ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾਡ ਮਾਤ ਨਾੜੀ ਕੋ ਪਿੰਜਰ, ਪੰਕੀ ਵਸੇ ਵਿਚਾਰਾ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰ ਵਰ ਪੰਖ ਤੇਰਾ, ਰੱਖੋ ਕੰਧ ਉਸਾਰੋ ਨੀਵਾ, ਸਾਡੇ ਤਿੰਨ ਹੱਥ ਤੇਰੀ ਸੀਵਾ, ਬੰਕੇ ਬਾਲ ਪਾਪ ਸਿਰ ਡੇਰੀ, ਇਹ ਤਨ ਹੋਏ ਗੋਪਤਮ ਕੀ ਤੇਰੀ, ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ, ਮੇਰੀ ਜਾਤ ਕਮੀਨੀ ਪੰਥ ਕਮੀਨੀ, ਓਛਾ ਜਨਮ ਹਮਾਰਾ, ਤੂੰ ਸਰਨਾਗਤ ਰਾਜਾ ਰਾਮ ਚੰਦ, ਕੈਰਵ ਦਾਸ ਚਮਾਰਾ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰ ਵਰ ਪੰਥ ਤੇਰਾ, ਪ੍ਰਾਣੀ ਕਿਆ ਇੱਕ ਤੱਤੇ ਇੱਕ ਬੋਲਣ ਮਿੱਠੇ, ਆਸ ਦੋਦ ਪਿਆ ਉੱਡ ਚੱਲੇ, ਜਿਉਂ ਜਿਉਂ ਉਦ ਵਿਹਾਣੀਆਂ ਪਾਪ ਕਰ
ਕਰਿੰਦਰ ਸਰ ਪਰ ਮੁੱਠੇ ਅਜ਼ਰਾਈਲ ਫੜੇ ਫੜ ਕੁੱਠੇ ਦੋਜਕ ਪਾਏ ਸਿਰ ਜਣਹਾਰੈ ਲੇਖਾ ਮੰਗੈ ਬਾਣੀਆਂ ਰੇ ਮਨ ਤੇਰੋ ਕੋਈ ਨਹੀਂ ਖਿੰਚ ਲੇ ਜਿਨ ਭਾਰ ਬਿਰਖ ਬਸੇਰੋ ਪੰਖ ਕੋ ਇਹ ਸੰਸਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰ ਵਰ ਪੰਖ ਤੇਰਾ ਪ੍ਰਾਣੀ ਕਿਆ ਮਨ ਪੰਕੀ ਕਾਦਾ ਮਾਣ ਕਰੇ ਮਨ ਪੰਕੀ ਕਾਦਾ ਮਾਣ ਕਰੇ ਮਨ ਸੰਸਾਰ ਬਿਰਖ
ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਸਾਰੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਬਹੁਤ ਵੱਡੇ ਭਾਗ ਜੁਗੋ ਜੁਗ ਅਟਲ ਸਾਹਿਬੇ ਕਮਾਲ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਦੇ ਮਾਲਕ ਸਮਰੱਥ ਗੁਰੂ ਜਗਤ ਗੁਰੂ ਪ੍ਰਤੱਖ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਸੱਚਖੰਡ ਵਾਸੀ ਬ੍ਰਹਮ ਗਿਆਨੀ ਤੱਤ ਵੇਤੇ ਰਾਜੇ ਜੋਗੀ ਧੰਨ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਰਾੜਾ ਸਾਹਿਬ ਵਾਲੇ ਉਹਨਾਂ ਦੀ 43ਵੀਂ ਬਰਸੀ ਜਲ ਪ੍ਰਭਾਵ ਦਿਵਸ ਬੇਅੰਤ ਸੰਗਤਾਂ ਅੱਜ ਗੁਰੂ ਨੂੰ ਨਤਮਸਤਕ ਹੋ ਕੇ ਗੁਰੂ ਦੀਆਂ ਔਰ ਮਹਾਂਪੁਰਸ਼ਾਂ ਦੀਆਂ ਖੁਸ਼ੀਆਂ ਲੈਣ ਵਾਸਤੇ ਦੂਰੋਂ ਨੇੜਿਓਂ ਉੱਦਮ ਕਰਕੇ ਖੇਚਲ ਕਰਕੇ ਸੰਗਤਾਂ ਪਹੁੰਚੀਆਂ ਹਨ। ਪਾਪ ਸੁਹਾਵੇ ਜਾ ਤੋ ਧਿਰ ਜੁਲਦੇ ਸੀਸ ਸੁਹਾਵਾ ਚਰਣੀ, ਮੁੱਖ ਸੁਹਾਵਾ ਜਾ ਤੋ ਜਸ ਗਾਵੈ ਜਿਉ ਪਿਆ ਤੋ ਸਰਣੀ। ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ। ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚਲ, ਭਾਈ ਗੁਰਦਾਸ ਜੀ ਦਾ ਵਚਨ। ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੈ ਹੋਏ ਲੇਤ ਹੈ। ਸਿੱਖਾ ਤੂੰ ਇੱਕ ਕਦਮ ਗੁਰੂ ਵੱਲ ਚੱਕ ਸਹੀ ਸ਼ਰਧਾ ਨਾਲ, ਗੁਰੂ ਮਹਾਰਾਜ ਕਰੋੜਾਂ ਕਦਮ ਤੇਰੇ ਵੱਲ ਚੱਕ ਕੇ ਆਉਣਗੇ। ਏਕ ਵਾਰ ਸਤਿਗੁਰ ਮੰਤਰ ਸਿਮਰਨ ਵਾਤਰ, ਇੱਕ ਵੇਰ ਗੁਰੂ ਨੂੰ ਯਾਦ ਕਰ। ਵਾਰੰਵਾਰ ਗੁਰ ਹੇਤ ਹੈ, ਗੁਰੂ ਤੈਨੂੰ ਵਾਰ ਵਾਰ ਯਾਦ ਕਰੇਗਾ। ਭਾਵਨੀ ਭਗਤ ਭਾਏ ਕੌਡੀ, ਅਗਰ ਭਾਗ ਰੱਖੈ ਤਾਹੇ ਗੁਰੂ ਸਰਵ ਨਿਧਾਨ ਦਾਨ ਦੇਤ ਹੈ। ਇੱਕ ਕੌਡੀ ਵੀ ਭਾਵਨਾ ਨਾਲ ਸ਼ਰਧਾ ਨਾਲ ਤੂੰ ਸਤਿਗੁਰੂ ਦੇ ਚਰਨਾਂ ਵਿੱਚ ਰੱਖ ਦੇ, ਤੇਰੇ ਸਾਰੇ ਖਜ਼ਾਨੇ ਭਰ ਦੇਣਗੇ ਮਹਾਰਾਜ ਜੀ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ ਲੇਤ ਲੇਤ ਹੈ।
ਜਿਤਨੇ ਕਦਮ ਚੱਲ ਕੇ ਆਏ ਇੱਕ ਇੱਕ ਕਦਮ ਦਾ ਇੱਕ ਇੱਕ ਸਮੇਤ ਜਗ ਦਾ ਫਲ ਪ੍ਰਾਪਤ ਹੋਇਆ। ਗੁਰੂ ਮਹਾਰਾਜ ਦੇ ਦਰਸ਼ਨ ਕੀਤੇ, ਜਨਮ ਜਨਮ ਦੀ ਮੈਲ ਕੱਟੀ ਗਈ। ਹੋਵੇ ਇੱਥੇ ਪਤਕਤਮ ਦੀ ਨੂਰ ਅਰਥੋਂ ਕੁਰਥੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਜਿਹੜੀ ਮੈਂ ਕਿੰਨੇ ਕਿੰਨੇ ਸਾਧਨ ਕੀਤਿਆਂ ਵੀ ਮਨ ਸ਼ੁੱਧ ਹੁੰਦਾ ਹੀ ਨਹੀਂ ਥਾ ਸੰਗਤ, ਪਰ ਗੁਰੂ ਮਹਾਰਾਜ ਦੇ ਦਰਸ਼ਨ ਕੀਤਿਆਂ ਕਿਤਨਾ ਵੀ ਮੈਲਾ ਮਨ ਕਿਉਂ ਨਾ ਹੋਵੇ, ਮੈਲਾ ਵੀ ਬੜਾ ਹੈ। ਮਨ ਮੈਲਾ, ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਆ ਥਿਆ, ਕਾਲਾ ਸ਼ਾਹ ਹੋ ਗਿਆ। ਖੰਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾ, ਟਾਕੀ ਹੁੰਦੀ ਹੈ ਕੋਹਲੂ ਨੂੰ ਸਾਫ਼ ਕਰਨ ਵਾਲੀ। ਧੰਧਿਆਈ ਸਹਿਤ ਮੈਲ ਪੈ ਜਾਂਦੀ ਹੈ, 100 ਵਾਰ ਧੋਣ ਨਾਲ ਵੀ ਉਹ ਮੈਲ ਨਹੀਂ ਨਿਕਲਦੀ, ਇੰਨਾ ਮੈਲਾ ਮਨ ਹੋ ਚੁੱਕਿਆ। ਅਤੇ ਫਿਰ ਕਿੱਡਾ ਸੌਖਾ ਤਰੀਕਾ ਹੈ, ਸ਼ਰਧਾ ਨਾਲ ਤੂੰ ਦਰਸ਼ਨ ਕਰ। ਪਰ ਦੂਸਰਾ ਪੱਖ ਇਹ ਵੀ ਹੈ, ਸਤਿਗੁਰ ਨੂੰ ਸਭ ਕੁਝ ਦੇਖਦਾ, ਜੇਤਾ ਜਗਤ ਸੰਸਾਰ ਉਵੇਂ ਨਾ ਦੇਖੀਏ ਜਿਵੇਂ ਦੁਨੀਆਂ ਦੇਖਦੀ ਹੈ, ਉਵੇਂ ਫਿਰ ਡਿੱਠਿਆਂ ਮੁਕਤ ਨਾ ਹੋਵੇ ਹੀ, ਫਿਰ ਮੁਕਤੀ ਨਹੀਂ ਹੋਣੀ ਹੈ, ਲੈਣੀ ਹੈ ਮੁਕਤੀ ਆਪਾਂ ਨੇ ਗੁਰੂ ਮਹਾਰਾਜ ਤੋਂ। ਡਿੱਠਿਆਂ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ, ਸ਼ਬਦ ਦੇ ਵਿਚਾਰ ਕਰ ਅਤੇ ਉਹ ਢੰਗ ਨਾਲ ਦਰਸ਼ਨ ਕਰ, ਫਿਰ ਜਨਮ ਜਨਮਾਤਰਾਂ ਦੀ ਤੇਰੀ ਪਾਪਾਂ ਦੀ ਮੈਲ ਮਨ ਦੀ ਲੱਗੀ ਹੋਈ ਲਹਿ ਜਾਵੇਗੀ, ਮਨ ਪਵਿੱਤਰ ਹੋ ਜਾਵੇਗਾ। ਜਿੰਨਾ ਮਨ ਮੈਲਾ ਓਨਾ ਰੱਬ ਤੋਂ ਦੂਰ ਸਾਧ ਸੰਗਤ। ਮਨ ਮੈਲੇ ਦੀ ਇਹੋ ਹੀ ਨਿਸ਼ਾਨੀ ਹੈ ਵੀ ਪਰਮੇਸ਼ਰ ਦਾ ਭਜਨ ਕਰਨ ਨੂੰ, ਬਾਣੀ ਪੜ੍ਹਨ ਨੂੰ, ਸੇਵਾ ਸਿਮਨ ਕਰਨ ਨੂੰ, ਪੁੰਨ ਦਾਨ ਕਰਨ ਨੂੰ, ਚੰਗੇ ਪਾਸੇ ਚੱਲਣ ਨੂੰ ਚਿੱਤ ਨਹੀਂ ਕਰਦਾ, ਕਿਉਂਕਿ ਮਨ ਮੈਲਾ ਹੋਣ ਕਰਕੇ ਮੈਲੇ ਫੁਰਨੇ ਕਰਦਾ ਹੈ। ਇਹਦੀ ਸੋਚ ਮਨਮਤ ਵਾਲੀ ਹੋਊਗੀ। ਮਨਮਤ ਵਾਲੀ ਜਿਹੜੀ ਸੋਚ ਹੈ ਉਹ ਇਹਨੂੰ ਪਰਮੇਸ਼ੁਰ ਤੋਂ ਦੂਰ ਲੈ ਜਾਂਦੀ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਦੋਂ ਰੱਬ ਤੋਂ ਦੂਰ ਚੱਲਿਆ ਗਿਆ ਫਿਰ ਇਹਨੂੰ ਕੋਈ ਆਸ ਨਹੀਂ ਵੀ ਮਿਲਾਪ ਹੋ ਜਾਏਗਾ। ਮਿਲਾਪ ਵਾਸਤੇ ਮਨ ਪਵਿੱਤਰ ਕਰਨਾ ਹੈ, ਕਿਉਂਕਿ ਰੱਬ ਆਪ ਪਵਿੱਤਰ ਹੈ। ਜਿਵੇਂ ਰੱਬ ਪਵਿੱਤਰ ਹੈ ਉਹਦੇ ਵਿੱਚ ਕੋਈ ਔਗੁਣ ਨਹੀਂ, ਅਤੇ ਆਪਾਂ ਇੰਨੇ ਔਗੁਣਾਂ ਦੇ ਭਰੇ ਹਾਂ, ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ, ਫਿਰ ਮਿਲਾਪ ਕਿਵੇਂ ਹੋਵੇ? ਦੋ ਵਿਰੋਧੀ ਪਦਾਰਥਾਂ ਦਾ ਕਦੇ ਮੇਲ ਨਹੀਂ ਹੁੰਦਾ ਸਾਧ ਸੰਗਤ। ਦਿਨ ਅਤੇ ਰਾਤ ਦਾ ਕਦੇ ਮੇਲ ਹੈ, ਦੁੱਖ ਅਤੇ ਸੁੱਖ ਦਾ ਕਦੇ ਮੇਲ ਹੈ, ਜੀਵਨ ਅਤੇ ਮੌਤ ਦਾ ਕੋਈ ਮੇਲ ਹੈ? ਕੋਈ ਵੀ ਚੀਜ਼ ਹੈ ਵਿਰੋਧੀ ਜਿਹੜੀ ਹੈ ਉਹਦਾ ਮੇਲ ਨਹੀਂ ਹੈ। ਸ਼ਰਾਬ ਅਤੇ ਅੰਮ੍ਰਿਤ ਦਾ ਕੀ ਮੇਲ ਹੈ? ਇਸੇ ਤਰ੍ਹਾਂ ਗੁਣਾਂ ਅਤੇ ਔਗੁਣਾਂ ਦਾ ਕੋਈ ਮੇਲ ਨਹੀਂ। ਪਰਮੇਸ਼ੁਰ ਹੈ ਗੁਣਾਂ ਦਾ ਸਾਗਰ, ਜੀਵ ਹੈ ਔਗੁਣਾਂ ਦਾ ਸਾਗਰ।
ਫੜ ਲਓ ਸਾਰੇ ਤਿੰਨਾਂ ਹਿੱਸਿਆਂ ਵਿੱਚ ਬੋਲਿਆ ਕਰੋ ਗੱਜ ਵੱਜ ਕੇ। ਔਗਣ ਬਹੁਤੇ ਨੇ ਗੁਣ ਨਹੀਂ ਕੋਈ, ਗੁਣ ਨਹੀਂ ਕੋਈ। ਔਗਣ ਬਹੁਤੇ ਨੇ ਗੁਣ ਨਹੀਂ ਕੋਈ, ਗੁਣ ਨਹੀਂ ਕੋਈ। ਔਗਣ ਬਹੁਤੇ ਨੇ ਹਮ
ਇੱਕ ਵੀ ਗੁਣ ਨਹੀਂ ਹੈ। ਅੰਮ੍ਰਿਤ ਛਾੜ ਵਿਖੈ ਵਿਖ ਕਾਹੀ, ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾਰਾ ਸੋ ਪ੍ਰੀਤ ਲਗਾਈ, ਕੁੱਤਮ ਪੰਥ ਸੁਣਿਓ ਗੁਰ ਸੰਗਤ, ਇਹ ਮਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਚੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ, ਦਇਆ ਕਰੋ ਕਿਛ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ, ਲੋਕ ਅਵਗੁਣਾ ਕੀ ਬੰਨੈ, ਗੰਠੜੀ ਗੁਣ ਨਾ ਵਿਹਾਜੈ ਕੋਏ, ਲੋਕ ਅਵਗੁਣ ਹੀ ਇਕੱਠੇ ਕਰਦੇ ਹਨ, ਅਤੇ ਫਿਰ ਰੱਬ ਨਾਲ ਮਿਲਾਪ ਦਾ ਕੋਈ ਮਤਲਬ ਹੀ ਨਹੀਂ। ਪਰ ਜਿਹੜੇ ਗੁਰਮੁਖ ਨੇ, ਸਾਂਝ ਕਰੀਜੈ ਗੁਣੈ ਕੇਰੀ, ਛੋੜ ਅਵਗੁਣ ਚੱਲੀਏ, ਉਹ ਗੁਣਾਂ ਦੀ ਸਾਂਝ ਕਰ, ਇੱਥੇ ਗੁਣਾਂ ਦੀ ਸਾਂਝ ਹੁੰਦੀ ਹੈ ਸਤਸੰਗਤ ਦੇ ਵਿੱਚ। ਇੱਕ ਉੱਤਮ ਪੰਥ ਹੈ, ਪੰਥ ਕਹਿੰਦੇ ਨੇ ਰਸਤੇ ਨੂੰ, ਇਹ ਏਡਾ ਉੱਚਾ ਰਸਤਾ ਹੈ, ਸੁਣਿਓ ਗੁਰਸੰਗਤ ਆ, ਗੁਰਸੰਗਤ ਜਿਹੜੀ ਹੈ ਬਹੁਤ ਉੱਚਾ ਰਸਤਾ ਹੈ ਸਤਸੰਗਤ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਇਹ ਮਲੰਤ ਜਮ ਤਰਾਸ ਮਿਟਾਈ, ਜਿੱਥੇ ਜਮਾਂ ਦੀ ਤਰਾਸ ਹੀ ਨਹੀਂ ਰਹਿੰਦੀ, ਅਤੇ ਇੱਥੇ ਗੁਣਾਂ ਦੀ ਸਾਂਝ ਹੈ, ਇੱਥੇ ਗੁਣ ਹੀ ਮਿਲਦੇ ਆ। ਮਹਾਂਪੁਰਸ਼ ਦਿੰਦੇ ਕੀ ਨੇ ਸਾਨੂੰ, ਮਹਾਰਾਜ ਜੀ ਆਏ ਸੰਸਾਰ ਵਿੱਚ ਕੀ ਦਿੱਤਾ ਸਾਨੂੰ, ਉਹ ਗੁਣਾਂ ਤੋਂ ਦੂਰ ਹੀ ਕੀਤਾ ਨਾ, ਭਾਈ ਮੀਟ ਨਾ ਖਾਓ, ਭਾਈ ਸ਼ਰਾਬ ਨਾ ਪੀਵੋ, ਭਾਈ ਕਾਮ ਕੋ ਲੋਭ ਮੋਹ ਹੰਕਾਰ ਤੋਂ ਦੂਰ ਰਹੋ, ਹੋਰ ਨਿੰਦਿਆ ਚੁਗਲੀ ਵੈਰ ਵਿਰੋਧ ਗੱਪ ਛੱਪ ਇਹ ਸਾਰਾ ਕੁਛ ਰੋਕਦੇ ਰਹੇ ਮਹਾਰਾਜ ਜੀ। ਨਿੰਦਾ ਭਲੀ ਕਿਸੇ ਦੀ, ਨਾ ਹੀ ਮਨ ਮੁੱਖ ਮੁਗਧ ਕਰਨ ਨੂੰ, ਭਾਈ ਕਿਸੇ ਦੀ ਨਿੰਦਿਆ, ਨਿੰਦਕ ਅਣ ਹੁੰਦਾ ਭਾਰ, ਨਿੰਦਕ ਸਿਰ ਧਰਾ ਅਸੰਖ, ਨਿੰਦਕ ਸਿਰ ਕਰਿਆ ਭਾਰ, ਸੰਖ ਨਿੰਦਕ ਐਸੇ ਨੇ ਜਿਹੜੇ ਸਿਰ 'ਤੇ ਭਾਰ ਹੀ ਚੱਕੀ ਫਿਰਦੇ ਨੇ। ਭਾਰ ਕਿਹਦਾ, ਜਿਹਦੀ ਨਿੰਦਿਆ ਕਰਦੇ ਆ ਉਹਦਾ ਪਾਪਾਂ ਰੂਪੀ ਭਾਰ ਆਪ ਚੱਕ ਲੈਂਦਾ ਇਹ, ਜਿਵੇਂ ਬੱਚੇ ਦਾ ਮਲ ਮਾਤਾ, ਮਹਾਰਾਜ ਬਚਨ ਕਰਦੇ ਹੁੰਦੇ, ਬੱਚੇ ਦੀ ਮਲ ਆ ਜਿਹੜੀ ਮਾਤਾ ਹੱਥ ਨਾਲ ਸਾਫ਼ ਕਰਦੀ ਹੈ, ਪਰ ਜਿਹੜਾ ਨਿੰਦਿਆ ਕਰਦਾ ਹੈ, ਜਿਹਦੀ ਨਿੰਦਿਆ ਕਰਦਾ ਹੈ ਉਹਦੀ ਪਾਪਾਂ ਰੂਪੀ ਮੈਲ ਮੂੰਹ ਨਾਲ ਖਾਂਦਾ ਹੈ, ਮੁੱਖ ਸੁੱਧੀ ਮੁੱਖ ਨਾਲ ਖਾ ਕੇ ਉਹਨੂੰ ਸ਼ੁੱਧ ਕਰ ਦਿੰਦਾ ਹੈ, ਉਹਦੇ ਔਗੁਣ ਖਤਮ ਹੋ ਜਾਂਦੇ ਨੇ, ਇਹਦੇ ਵਿੱਚ ਔਗੁਣ ਹੋਰ ਆ ਜਾਂਦੇ ਆ, ਮੁੱਖ ਸੁੱਧੀ ਕ੍ਰੋਧ ਚੰਡਾਲ ਤੋਂ ਪਾਪਾਂ ਰੂਪੀ ਮੈਲ ਇਕੱਠੀ ਨਹੀਂ ਕਰਨੀ ਆਪਾਂ ਨੇ, ਕਿਉਂ ਕਰੀਏ ਬਈ, ਸਭ ਰੱਬ ਦੇ ਜੀਵ ਹਨ, ਨਿੰਦਿਆ ਕਿਉਂ ਕਰੀਏ, ਬੁਰਾ ਭਲਾ ਕੋ ਕਿਸ ਨੂੰ ਕਹੀਏ, ਸਗਲੇ ਜੀ ਤੁਮਾਰੇ। ਨਿੰਦਿਆ ਉਦੋਂ ਕਰਦਾ ਹੈ ਜਦੋਂ ਬੰਦਾ ਕਹਿੰਦਾ ਮੈਂ ਚੰਗਾ ਹਾਂ, ਪਰ ਗੁਰਮਤ ਇਹ ਕਹਿੰਦੀ ਹੈ ਵੀ ਤੂੰ ਸਮਝਣਾ ਇਹ ਹੈ, ਹਮ ਨਹੀਂ ਚੰਗੇ, ਮੈਂ ਨਹੀਂ ਚੰਗਾ ਹਾਂ, ਬੁਰਾ ਨਹੀਂ ਕੋਏ, ਜਦੋਂ ਆਪ ਅਸੀਂ ਚੰਗੇ ਨਹੀਂ ਹਾਂ, ਬਾਕੀ ਸਭ ਚੰਗੇ ਹਨ, ਬੁਰਾ ਕੋਈ ਵੀ ਨਹੀਂ, ਫਿਰ ਨਿੰਦਿਆ ਕਿਹਦੀ ਕਰਾਂਗੇ। ਨਿੰਦਿਆ ਉਹ ਸ਼ਖਸ ਕਰਦਾ ਹੈ ਜਿਹੜਾ ਆਪਣੇ ਆਪ ਨੂੰ ਅਕਲਮੰਦ ਸਮਝਦਾ ਹੈ, ਆਪਣੇ ਆਪ ਨੂੰ ਚੰਗਾ ਸਮਝਦਾ ਹੈ,
ਕਬੀਰ ਹਮ ਤਜ ਭਲੋ ਸਭ ਕੋਏ, ਕਬੀਰ ਹਮ ਸਭ ਸੇ ਬੁਰੇ, ਸਭ ਤੋਂ ਬੁਰੇ ਹਾਂ ਅਸੀਂ। ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਇਸ ਕਰਕੇ ਮਾੜੇ ਜਿਹੜੇ ਸੰਸਕਾਰ ਬੰਦਾ ਪੈਦਾ ਕਰਕੇ ਅੰਦਰ, ਪਹਿਲਾਂ ਸੰਸਕਾਰ ਪੈਦਾ ਹੁੰਦੇ ਨੇ ਮਨ ਦੇ ਵਿੱਚ, ਚਾਹੇ ਕਰਮ ਚੰਗਾ ਕਰਦਾ ਧਿਆਨ ਦੇਣਾ ਸਾਧਸੰਗ, ਚਾਹੇ ਮਾੜਾ ਕਰਦਾ, ਅੰਦਰੋਂ ਹੀ ਪਹਿਲਾਂ ਪੈਦਾ ਹੁੰਦੇ ਨੇ। ਇਹਦੇ ਅੰਦਰ ਹੀ ਸਭ ਕੁਛ ਹੈ, ਸਭ ਕੁਛ ਘੱਟ ਮੈਂ ਬਾਹਰ ਨਾਹੀ, ਬਾਹਰ ਟੋਲਦਾ ਸੋ ਭਰਮ ਭੁਲਾਹੀ। ਗੁਰਪ੍ਰਸਾਦੀ ਜੀ ਨੇ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ। ਤੇਰੇ ਅੰਦਰ ਔਗੁਣਾਂ ਦੇ ਵੀ ਬੜੇ ਬੜੇ ਵਾਰ ਲੱਗੇ ਪਏ ਨੇ, ਗੁਣਾਂ ਦੇ ਵੀ, ਨਾਮ ਵੀ ਤੇਰੇ ਅੰਦਰ ਹੀ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਉਹ ਵੀ ਤੇਰੇ ਅੰਦਰ ਹੀ ਹੈ। ਅੰਮ੍ਰਿਤ ਦਾ ਕੁੰਟ ਵੀ ਤੇਰੇ ਅੰਦਰ ਹੀ ਹੈ, ਵਿਉਹ ਦਾ ਕੁੰਟ ਵੀ ਤੇਰੇ ਅੰਦਰ ਹੀ ਹੈ। ਹੁਣ ਤੈਂ ਵਰਤਣਾ ਕਿਹੜਾ ਹੈ, ਇਹ ਗੁਰੂ ਨੇ ਤੈਨੂੰ ਸੋਝੀ ਦੇਣੀ ਹੈ, ਮਹਾਂਪੁਰਸ਼ਾਂ ਨੇ ਸੋਝੀ ਦੇਣੀ ਹੈ। ਛੱਡ ਦੇ ਔਗਣਾਂ ਨੂੰ, ਸ਼ੁਭ ਕਰਮ ਕਰ। ਫਰੀਦ ਸਾਹਿਬ ਜੀ ਦੇ ਵਚਨ ਪੜ੍ਹ ਲਓ ਸਾਰੇ। ਕਮੜੇ ਵਿਸਾਰਦੇ ਜਿੰਨੀ ਕਮੀ ਨਾਹੇ ਗੁਣ, ਕਮੜੇ ਵਿਸਾਰਦੇ ਜਿੰਨੀ ਕਮੀ ਨਾਹੇ ਗੁਣ, ਜਿੰਨੀ ਕਮੀ ਨਾ ਹੈ ਗੁਣ,
ਕਮੜੇ ਵਿਸਾਰ ਦੇ ਜਿੰਨੀ ਕਮੀ ਨਾ ਹੈ ਗੁਣ ਜਿੰਨੀ ਕਮੀ ਨਾ ਹੈ ਗੁਣ ਜਿੰਨਾ ਕੰਮਾਂ ਵਿੱਚ ਗੁਣ ਕੋਈ ਨਹੀਂ ਔਗੁਣ ਹੀ ਔਗੁਣ ਹਨ ਉਹ ਵੀ ਕੰਮ ਹਨਗੇ ਉਹ ਤਾਂ ਇੰਨਾ ਸੋਝੀ ਹੈ ਹੀ ਨਾ ਸਭ ਨੂੰ ਪਤਾ ਹੀ ਹੈ ਮਨ ਜਾਣਨਾ ਸਭ ਬਾਤ ਵੀ ਸਭ ਜੀ ਸਾਰੇ ਜਾਣਦੇ ਨੇ ਵੀ ਕਿਹੜੇ ਮਾੜੇ ਕਰਮ ਨੇ ਕਿਹੜੇ ਚੰਗੇ ਨੇ ਕਿਹਨੂੰ ਨਹੀਂ ਪਤਾ ਹੈ ਅੱਜ ਪੜ੍ਹੇ ਲਿਖੇ ਹੋ ਰੋਜ਼ ਕਥਾ ਕੀਰਤਨ ਸੁਣਦੇ ਹੋ ਰੋਜ਼ ਬਾਣੀ ਪੜ੍ਹਦੇ ਹੋ ਇੰਨਾ ਤਾਂ ਪਤਾ ਹੀ ਹੈ ਨਾ ਕੋਈ ਬਹੁਤੀ ਪੁੱਛਣ ਦੀ ਲੋੜ ਨਹੀਂ ਹੈ ਬਾਣੀ ਤਾਂ ਆਪੇ ਹੀ ਰਾਹ ਦੇਈ ਜਾਂਦੀ ਹੈ ਗੁਰੂ ਦਾ ਕੰਮ ਹੈ ਸਤਿਗੁਰ ਕੇ ਜਿਹੜੇ ਦਰਬਾਰ ਵਿੱਚ ਆ ਜਾਂਦੇ ਨੇ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ ਸੋਝੀ ਤਾਂ ਆਪੇ ਮਿਲ ਗਈ ਕਿਉਂ ਗੁਰੂ ਦੁਆਰੇ ਆ ਗਏ ਸੋਝੀ ਤਾਂ ਮਿਲ ਗਈ ਹੁਣ ਰਹਿ ਗਿਆ ਚੱਲਣਾ ਰਸਤਾ ਦਿਖਾਤਾ ਗੁਰੂ ਨੇ ਗੁਰਸਿੱਖ ਮੀਤ ਚਲੋ ਗੁਰ ਚਾਲੀ ਹਮ ਅੰਧਲੇ ਅੰਧ ਵਿਖੇ ਵਿਖਰਾਤੇ ਕਿਉਂ ਚਾਲੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਗੁਰੂ ਦੀ ਚਾਲੀ ਗੁਰੂ ਨੇ ਦਿਖਾਇਆ ਰਸਤਾ ਗੁਰਮਤ ਦਾ ਮਾਰਗ ਗੁਰਮੁਖ ਗਾਡੀ ਰਾਹ ਚਲਾਇਆ ਉਹਦੇ 'ਤੇ ਚੱਲ ਚੱਲਣ ਦੀ ਦੇਰੀ ਤਾਂ ਤੇਰੀ ਹੋਈ ਨਾ ਗੁਰੂ ਦਾ ਫਿਰ ਅਗਲਾ ਪੱਖ ਵੀ ਮਹਾਰਾਜ ਨੇ ਲਿਖ ਦਿੱਤਾ ਕਬੀਰ ਸਾਹਿਬ ਜੀ ਨੇ ਫਿਰ ਕਬੀਰ ਸਾਹਿਬ ਜੀ ਕਹਿੰਦੇ ਸੱਚਾ ਸਤਿਗੁਰ ਕਿਆ ਕਰੇ ਫਿਰ ਪੂਰਾ ਗੁਰੂ ਵੀ ਕੀ ਕਰੂ ਵੀ ਜੇ ਤਾਂ ਚੱਲਣਾ ਹੀ ਨਹੀਂ ਸੁਣ ਕੇ ਪੱਲੇ ਹੀ ਝਾੜ ਦੇਣੇ ਨੇ ਮੰਨਣੀ ਹੀ ਨਹੀਂ ਗੱਲ ਗੁਰੂ ਦੀ ਫਿਰ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਅੰਧੇ ਘਰਾਂ ਲਾ ਕੇ ਜੋ ਬਾਂਸ ਵਜਾਈ ਫੂਕ ਬਾਂਸ ਵਿੱਚ ਫੂਕ ਮਾਰੋ ਕਿਤੇ ਰਸਤੇ 'ਚ ਥੋੜ੍ਹੀ ਅੜਕਦੀ ਹੈ ਸਾਰ ਪਾਰ ਨਿਕਲ ਜਾਂਦੀ ਹੈ ਇਸੇ ਤਰ੍ਹਾਂ ਇੱਧਰੋਂ ਗੁਰਮਤ ਦੀ ਗੱਲ ਪਾਈ ਕੰਨ 'ਚੋਂ ਇੱਧਰੋਂ ਕੱਢ ਦਿੱਤੀ ਵਿਚਾਲੇ ਅਟਕੀ ਨਹੀਂ ਕਿਤੇ ਥਾਂ ਹੀ ਨਹੀਂ ਦਿੱਤਾ ਥਾਂ ਹਿਰਦੇ ਦੇ ਵਿੱਚ ਫਿਰ ਇਸ ਤਰ੍ਹਾਂ ਤਾਂ ਕੁਛ ਨਹੀਂ ਨਾ ਬਣੇਗਾ ਗੁਰੂ ਨੇ ਤਾਂ ਸੋਝੀ ਦੇ ਦਿੱਤੀ ਰਸਤਾ ਦਿਖਾ ਦਿੱਤਾ ਮਿਤ ਚਲੋ ਗੁਰ ਚਾਲੀ ਗੁਰ ਸਿੱਖ ਮੀਤ ਚਲੋ ਚਲੋ ਮਿਤ ਚਲੋ ਗੁਰ
ਗੁਰ ਚਾਲੀ ਗੁਰਸਿੱਖ ਮੀਤ ਚਲੋ ਗੁਰਸਿੱਖ ਮੀਤ ਚਲੋ ਮੀਤ ਚਲੋ ਮੀਤ ਚਲੋ ਗੁਰ ਚਾਲੀ ਗੁਰਸਿੱਖ ਮੀਤ ਚਲੋ ਮੀਤ ਗੁਰਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮਾਨੋ। ਗੁਰੂ ਕੁਛ ਕਹਿੰਦਾ ਹੈ ਸਿੱਖ ਨੂੰ, ਗੁਰੂ ਦਾ ਕੰਮ ਹੀ ਹੈ ਹਮੇਸ਼ਾ ਹੀ ਉਪਦੇਸ਼ ਕਰਨਾ। ਭੂਲੇ ਮਾਰਗ ਜਿਨ੍ਹਾਂ ਬਿਤਾਇਆ ਐਸਾ ਗੁਰਵਰ ਭਾਗੀ ਪਾਇਆ। ਜਿਵੇਂ ਗੁਰਬਾਣੀ, ਗੁਰੂ ਹੈ ਸਾਡਾ ਬਾਣੀ, ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਅਗਲਾ ਬਚਨ ਗੁਰਬਾਣੀ ਕਹੇ। ਗੁਰੂ ਦਾ ਕੰਮ ਆ ਕਹਿਣਾ, ਸਾਡਾ ਕੰਮ ਹੈ ਮੰਨਣਾ। ਗੁਰੂ ਦਾ ਕੰਮ ਹੈ ਉਪਦੇਸ਼ ਕਰਨਾ, ਸਾਡਾ ਕੰਮ ਹੈ ਉਪਦੇਸ਼ ਨੂੰ ਸੁਣ ਕੇ ਫਿਰ ਮੰਨਣਾ। ਸੁਣਿਆ ਮੰਨਿਆ ਮਨ ਕੀਤਾ ਭਾਉ, ਜੋ ਗੁਰ ਕਹੇ ਸੋਈ ਭਲ ਮਾਨੋ। ਜੋ ਗੁਰੂ ਕਹਿੰਦਾ ਉਹਨੂੰ ਭਲਾ ਕਰਕੇ ਮੰਨ ਲੈਣਾ, ਸਿਰ ਮੱਥੇ 'ਤੇ ਮੰਨ ਲੈਣਾ। ਜਦੋਂ ਮਹਾਰਾਜ ਇਹ ਵਚਨ ਕਰਦੇ ਹਨ, ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ, ਉਹੀ ਵਚਨ ਭਾਵ ਉਹੀ ਹੈ ਜੋ ਗੁਰ ਕਹੇ। ਗੁਰਬਾਣੀ ਕਹੇ ਜੋ ਗੁਰੂ ਕਹਿ ਗਿਆ ਸਾਨੂੰ,
ਜੋ ਉਪਦੇਸ਼ ਦੇ ਗਏ ਗੁਰੂ ਨਾਨਕ ਦੇਵ ਮਹਾਰਾਜ ਜੀ ਦੱਸੇ ਗੁਰੂ ਏਕ ਓਂਕਾਰ ਤੋਂ ਲੈ ਕੇ 18-10-20 ਤੱਕ ਪੁਰਾਣੀ ਕਹੇ ਸੇਵਕ ਜਨ ਮੰਨੈ। ਸੇਵਕ ਦਾ ਫਰਜ਼ ਹੈ ਮੰਨਣਾ। ਮੰਨਣ ਤੋਂ ਭਾਵ ਇੱਕ 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 ਬਚਨ ਗੁਰੂ ਦਾ ਮੰਨ ਕੇ ਚੱਲੀਏ ਤੇ ਤਾਂ ਭਲਾ ਹੋਊਗਾ ਭਾਈ। ਪਹਿਲਾ ਬਚਨ ਮੰਨ ਲਿਆ, ਸ਼ਾਬਾਸ਼ ਜਿਹੜੇ ਅੰਮ੍ਰਿਤਧਾਰੀ ਬੈਠੇ ਨੇ ਉਹਨਾਂ ਨੂੰ, ਉਹ ਵਧਾਈ ਦੇ ਪਾਤਰ ਨੇ। ਪ੍ਰਥਮ ਰਹਿਤ ਏ ਜਾਣ, ਪਹਿਲੀ ਰਹਿਤ ਵਿੱਚ ਆ ਗਏ ਉਹ। ਖੰਡੇ ਕੀ ਪਹੁਲ ਛਕੈ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਪਰ ਛਕ ਲੈਣਾ ਹੀ ਕਾਫੀ ਨਹੀਂ ਭਾਈ। ਕਈ ਅੰਮ੍ਰਿਤ ਛੱਕ ਕੇ ਹੀ ਬੜੇ ਹੰਕਾਰ ਵਿੱਚ ਹਮ ਤੋਂ ਖਾਲਸੇ ਬਣ ਗਏ, ਕਿਸੇ ਨੂੰ ਨਿਗਾਹ ਥੱਲੇ ਨਹੀਂ ਲਿਆਉਂਦੇ, ਬੜਾ ਦੁਰੇ ਦੁਰੇ ਕਰਦੇ ਹਨ ਦੂਸਰਿਆਂ ਨੂੰ। ਉਹ ਤੂੰ ਕਿਹੜਾ ਅੰਮ੍ਰਿਤ ਛਕਿਆ, ਉਹ ਤੂੰ ਤਾਂ ਘੋਣ ਮੋਣ ਹੈ, ਉਹ ਤੂੰ ਤਾਂ ਆਹ ਕਰਦਾ, ਤੂੰ ਤਾਂ ਆਹ ਕਰਦਾ, ਕਿੰਨਾ ਢਾਟਾ ਮਾਰਦਾ। ਅਜੇ ਤਾਂ ਤੂੰ ਇੱਕ ਕਦਮ ਹੀ ਚੱਕਿਆ ਹੈ, ਇੱਕੋ ਹੀ ਕਦਮ ਚੱਕਿਆ ਨਾ ਅਜੇ ਤਾਂ, ਅਜੇ ਤਾਂ ਪਹਿਲੀ ਕੱਚੀ 'ਚ ਹੀ ਨਾ ਦਾਖਲਾ ਹੀ ਹੋਇਆ ਤੇਰਾ, ਹੁਣੇ ਏਡਾ ਹੰਕਾਰ। ਇਹ ਕਮਜ਼ੋਰੀ ਬੜੀ ਹੈ ਸਾਧ ਸੰਗਤ, ਸੱਚਾਈ ਹੈ ਇਹ। ਮੰਦਰ ਅਜੇ ਬੜੀ ਦੂਰ ਹੈ ਜਿੱਥੇ ਪਹੁੰਚਣਾ, ਤੈਂ ਉਹ ਘਰ ਦੂਰ ਹੈ। ਫਰੀਦ ਨੂੰ ਕਿਹਾ ਸੀ ਜਦੋਂ ਚਿੜੀਆਂ ਮਾਰ ਕੇ ਜਿਉਂਦੀਆਂ ਕਰਤੀਆਂ ਨਾ, ਮਾਂ ਨੂੰ ਦੱਸਦਾ ਖੁਸ਼ੀ ਨਾਲ, ਮਾਂ ਅੱਜ ਚਿੜੀਆਂ ਮਾਰਤੀਆਂ ਮੈਂ, ਫਿਰ ਬੇਟਾ ਫਿਰ ਮੈਨੂੰ ਤਰਸ ਆ ਗਿਆ, ਮੈਂ ਕਿਹਾ ਉੱਡ ਜਾਓ, ਫਿਰ ਉਹ ਜਿਉਂਦੀਆਂ ਹੋ ਗਈਆਂ। ਕਹਿੰਦੀ ਬਸ ਪਹਿਲਾਂ ਤਾਂ ਮਾਰੀਆਂ, ਰੱਬ ਦੇ ਹੁਕਮ ਦੇ ਉਲਟ ਚੱਲਿਆ ਤੂੰ। ਹੱਕ ਰੱਬ ਨੇ ਦਿੱਤਾ ਸੀ ਉਹਨਾਂ ਨੂੰ ਜਿਉਣ ਦਾ, ਤੂੰ ਉਹਨਾਂ ਦਾ ਹੱਕ ਖੋਇਆ, ਪਹਿਲੀ ਗਲਤੀ। ਫਿਰ ਦੂਸਰੀ ਗਲਤੀ, ਉਹਨੂੰ ਜੇ ਜਿਉਂਦਾ ਕਰ ਦਿੱਤਾ, ਫਿਰ ਹੰਕਾਰ ਵਿੱਚ ਆ ਗਿਆ ਵੀ ਮੇਰੇ ਵਿੱਚ ਤਾਕਤ ਬੜੀ ਆ ਗਈ, ਦੋ ਔਗੁਣ ਆ ਗਏ ਤੇਰੇ ਵਿੱਚ। ਇੱਕ ਤਾਂ ਰੱਬ ਦੇ ਹੁਕਮ ਦੇ ਉਲਟ ਹੁਕਮ ਉਦੂਲੀ, ਸਾਧ ਸੰਗ ਰੱਬ ਦੇ ਹੁਕਮ ਸਾਰਾ ਹੁਕਮ ਹੀ ਹੈ, ਨਾਨਕ ਹੁਕਮ ਹੈ ਜੇ ਬੁੱਝੈ, ਜਿਹਨੇ ਹੁਕਮ ਬੁੱਝ ਲਿਆ ਵਾ ਗੱਲ ਬਣ ਗਈ, ਹਉਮੈ ਰਹੀ ਨਹੀਂ ਗਈ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ। ਵੈਦ ਉਹੀ ਹੈ ਜਿਹੜਾ ਰੋਗ ਦਾਰੂ ਦੋਵੇਂ ਬੁੱਝੈ, ਉਹ ਸੁਜਾਣ ਹੈ ਵੈਦ। ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਣ। ਰੋਗ ਕੀ ਹੈ, ਹਉਮੈ ਦੀਰਘ ਰੋਗ ਹੈ, ਦਾਰੂ ਪੀਏ ਸਮਾਹ ਹੈ, ਹਉਮੈ ਰੋਗ ਹੈ। ਹੁਣ ਵੈਦ ਦਾਰੂ ਵਧੀਆ ਦਿੰਦਾ ਪਰ ਉਹਨੂੰ ਬਿਮਾਰੀ ਦਾ ਨਹੀਂ ਪਤਾ, ਕੀ ਕਰੂਗਾ। ਬਿਮਾਰੀ ਦਾ ਪਤਾ ਲੱਗ ਗਿਆ ਇਹਨੂੰ ਕੈਂਸਰ ਹੈ, ਪਰ ਦਵਾਈ ਨਹੀਂ ਦੇਖ ਸਕਦਾ ਵੀ ਕਿਹੜੀ ਦਿਆਂ ਮੈਂ, ਹੁਣ ਇੰਨੀਆਂ ਦਵਾਈਆਂ ਵਿੱਚੋਂ ਕਿਹੜੀ ਦਿਆਂ ਇਹਨੂੰ ਫਾਇਦਾ ਹੋਵੇ। ਇਹਦਾ ਮਤਲਬ ਵੈਦ ਪੂਰਾ ਵੈਦ ਨਹੀਂ ਹੈ ਜੇ। ਮਹਾਰਾਜ ਜੀ ਕਹਿੰਦੇ ਵੈਦ ਉਹੀ ਹੈ, ਦੋ ਰੋਗ ਦਾਰੂ ਦੋਵੇਂ ਬੁੱਝੈ, ਰੋਗ ਹੈ ਹਉਮੈ, ਦਾਰੂ ਹੈ ਹੁਕਮ। ਬਸ ਹਉਮੈ ਦਾ ਰੋਗ ਦਾ ਦੂਰ ਕਰਨ ਵਾਲਾ ਮੇਰਾ ਵੈਦ ਗੁਰੂ ਗੋਬਿੰਦਾ। ਉਹਨੇ ਦਾਰੂ ਦੱਸ ਦਿੱਤੀ ਨਾਲ ਹੀ ਵੀ ਹੁਕਮ ਮੰਨੋ ਬਈ। ਬਾਬਾ ਅੰਗਦ ਦੇਵ ਮਹਾਰਾਜ ਜੀ ਨੇ, ਦੂਸਰੇ ਪਾਤਸ਼ਾਹ ਨੇ ਹੁਕਮ ਹੀ ਮੰਨਿਆ ਨਾ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਤਮੈ ਕਾ ਮਹਿਲ ਪਾਏ ਸੀ। ਪਰਮਵਤ ਨਾਨਕ ਹੁਕਮ ਪਛਾਣੈ ਸੁੱਖ ਹੋਵੇ ਦਿਨ ਰਾਤੀ। ਸੁੱਖ ਲਵੇਗਾ ਜੇ ਪੂਰਾ ਦਿਨ ਰਾਤ
ਤੂੰ ਹੁਕਮ ਵਿੱਚ ਆ ਜਾ। ਤੇ ਹਉਮੈ ਦਾ ਦੀਰਘ ਰੋਗ ਜਿਹੜਾ ਇਹਦੀ ਦਾਰੂ ਗੁਰੂ ਨਾਨਕ ਦੇ ਪਾਸ ਹੈ, ਮੇਰਾ ਵੈਦ ਗੁਰੂ ਗੋਬਿੰਦਾ। ਹਰ ਹਰ ਨਾਮ ਉਹ ਖੁਦ ਮੁਖ ਦੇਵੈ, ਕੱਟੈ ਜਮਕੀ ਫੰਦਾ। ਹਉਮੈ ਦੀ ਬਿਮਾਰੀ ਦਾ ਇਲਾਜ ਮਹਾਂਪੁਰਸ਼ ਵੀ ਕਰ ਦਿੰਦੇ ਨੇ ਸਾਧ ਸੰਗਤ, ਜਗਿਆਸੂ ਦੇ ਵਿੱਚ ਹੰਕਾਰ ਨਹੀਂ ਰਹਿਣ ਦਿੰਦੇ। ਕਲਕੱਤੇ ਦੀ ਗੱਲ, ਮਹਾਂਪੁਰਸ਼ ਸਿੱਖ ਦੇ ਹਰ ਕਰਮ ਨੂੰ ਵਾਚਦੇ ਰਹਿੰਦੇ ਨੇ ਵੀ ਕਿਤੇ ਤਿਲਕਣ ਬਾਜੀ ਹੈ, ਕਿਤੇ ਤਿਲਕ ਨਾ ਜਾਵੇ ਸਿੱਖ। ਉਹਨਾਂ ਦੀ ਵੀ ਕੋਈ ਡਿਊਟੀ ਹੁੰਦੀ ਹੈ ਨਾ, ਜਿਹੜੇ ਉਹਨਾਂ ਦੇ ਸੰਗਤ ਕਰਨ ਵਾਲੇ ਨੇ ਉਹਨਾਂ ਨੂੰ ਸਹੀ ਰਸਤੇ 'ਤੇ ਤੋਰਨਾ, ਬਚਾ ਬਚਾ ਕੇ ਰੱਖਣਾ। ਮੁਰਗੀ ਦਾ ਕੰਮ ਹੈ ਚੂਚਿਆਂ ਨੂੰ ਬਚਾਉਣਾ, ਕਿ ਉੱਪਰ ਇਹ ਲੋੜੀ ਫਿਰਦੀ ਹੈ ਉਹ ਜਦੀ ਖੰਭਾਂ ਥੱਲੇ ਲੈ ਲੈਂਦੀ ਹੈ ਵੀ ਕਿਸੇ ਚੱਕ ਕੇ ਨਾ ਲੈ ਜਾਵੇ। ਇਸੇ ਤਰ੍ਹਾਂ ਜਗਿਆਸੂ ਨੂੰ ਮੰਦਰ 'ਤੇ ਬਚਾਉਣਾ ਸਾਧੂ ਦਾ ਇਹ ਪਰਮ ਧਰਮ ਹੈ, ਸਾਧ ਸੰਗਤ ਉਹਦੀ ਜ਼ਿੰਮੇਵਾਰੀ ਬਣਦੀ ਹੈ ਇਹ। ਕਲਕੱਤੇ ਕੁਛ ਸਿੰਘ ਸਨ, ਉਹ ਕਵਿਤਾ ਵਗੈਰਾ ਲਿਖਦੇ ਅਤੇ ਪੜ੍ਹਦੇ ਅਤੇ ਸੁਣਾਉਂਦੇ ਅਤੇ ਸੁਣਦੇ, ਅਤੇ ਉੱਥੇ ਕਵੀ ਦਰਬਾਰ ਲੱਗਿਆ ਸੀ। ਮਹਾਰਾਜ ਦੇ ਦੀਵਾਨ ਤੋਂ ਬਾਅਦ ਉਹ ਆਏ ਨਹੀਂ, ਹੰਤ ਮਹਾਰਾਜ ਤਾਂ ਵਾਪਸ ਆ ਗਏ। ਉਹ ਦੋ ਤਿੰਨ ਸਿੰਘ ਉੱਥੇ ਰਹਿ ਗਏ ਵੀ ਕਵਿਤਾ ਪੜ੍ਹਾਂਗੇ। ਦੇਖੋ ਹੁਣ ਕਵਿਤਾ ਪੜ੍ਹਨੀ ਕੋਈ ਮਨਮਤ ਨਹੀਂ ਹੈ ਸਾਧ ਸੰਗਤ, ਕਵਿਤਾ ਪੜ੍ਹਨੀ ਕੋਈ ਗੁਰਮਤ ਤੋਂ ਉਲਟ ਨਹੀਂ ਹੈ। ਇਹ ਨਹੀਂ ਹੈ ਵੀ ਕਵਿਤਾ ਨਹੀਂ ਪੜ੍ਹਨੀ ਚਾਹੀਦੀ, ਉਹਦੇ ਵਿੱਚ ਇੱਕ ਸੂਖਮ ਗੱਲ ਜਿਹੜੀ ਮਹਾਂਪੁਰਸ਼ਾਂ ਨੇ ਪੜ੍ਹਨੀ ਆ ਸਾਡੀ, ਬਈ ਜਿਵੇਂ ਬਾਬਾ ਅਤਰ ਸਿੰਘ ਮਹਾਰਾਜ ਜੀ ਮਸਤੂਆਣਾ ਸਾਹਿਬ ਵਾਲੇ ਇਹ ਬਚਨ ਕਰਦੇ ਹੁੰਦੇ ਭਾਈ, ਉਹਨਾਂ ਦੇ ਬਚਨ ਨੇ ਇਹ ਲਿਖੇ ਹੋਏ ਨੇ ਉਹਨਾਂ ਦੇ ਜੀਵਨ ਦੇ ਵਿੱਚ, ਬਈ ਇਹ ਕੀਰਤਨ ਕਰਨ ਵਾਲੇ ਜਿੱਦਣ ਤੇਰਾ ਕੀਰਤਨ ਕਰਨ ਨੂੰ ਚਿੱਤ ਕਰੇ ਉੱਦਣ ਕੀਰਤਨ ਨਹੀਂ ਕਰਨਾ। ਦੇਖੋ ਜੀ ਕੀਰਤਨ ਹਲਿਆ ਕੇ ਭਗਤੀ ਹੈ ਇਹ, ਕਲਯੁਗ ਮੈਂ ਕੀਰਤਨ ਪ੍ਰਧਾਨਾ। ਕਿਉਂ ਰੋਕਦੇ ਨੇ ਮਹਾਂਪੁਰਸ਼? ਇੱਕ ਤਰਕ ਵਾਲੀ ਗੱਲ ਅਗਲਾ ਕਰਦਾ ਹੈ ਨਾ, ਜਿਹੜੇ ਮਨਮਤੀਏ ਨੇ ਬਈ ਲਓ ਜੀ ਕਾਹਦੇ ਸੰਤ ਨੇ, ਜਿਹੜੇ ਕਹਿੰਦੇ ਕੀਰਤਨ ਆਉਂਦਾ ਤੇ ਤੂੰ ਕਰਨਾ ਨਹੀਂ, ਉਹ ਇੱਕ ਗੱਲ ਵਿੱਚੋਂ ਹੈ ਜਿਹੜੀ ਸੂਖਮ ਜਿਹੜੀ ਮਹਾਂਪੁਰਸ਼ ਦੱਸਦੇ ਨੇ ਬਈ ਕੀਰਤਨ ਨੂੰ ਚਿੱਤ ਕਰਦਾ, ਇਹਦਾ ਮਤਲਬ ਤੇਰੀ ਹਾਂ ਬੋਲ ਰਹੀ ਹੈ ਵੀ ਮੈਂ ਸੁਣਾਉਣਾ। ਜਦੋਂ ਤੂੰ ਕਹੇ ਵੀ ਮੈਂ ਸੁਣਾਉਣਾ, ਉਦੋਂ ਸੁਣਾਏ ਦਾ ਕੋਈ ਫਾਇਦਾ ਨਹੀਂ, ਉਹ ਕੀਰਤਨ ਕੀਤਾ ਹੋਇਆ ਲੇਖੇ ਵਿੱਚ ਨਹੀਂ ਪੈਣਾ। ਬਸ ਗੱਲ ਤਾਂ ਲੇਖੇ 'ਚ ਪੈਣ ਦੀ ਹੈ ਨਾ, ਜਿੱਦਣ ਤੇਰਾ ਚਿੱਤ ਨਾ ਕਰੇ ਉਦਣ ਤੂੰ ਕੀਰਤਨ ਕਰ, ਆਨੰਦ ਬਣੇਗਾ। ਉਹ ਰੱਬ ਦਾ ਕੀਰਤਨ ਅਸਲੀ ਹੋਵੇਗਾ, ਨਹੀਂ ਤਾਂ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ। ਜਿਹਨਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ, ਉਹਦਾ ਗਾਉਣਾ ਨਹੀਂ ਉਹਦਾ ਰੋਣਾ ਹੈ। ਤਿਨਾਂ ਰੋਏ ਕਿਆ ਕੀਜੈ, ਹਰ ਕਰਤਾ ਸਭ ਕੁਛ ਜਾਣਦਾ, ਸਿਰ ਰੋਗ ਹੱਥ ਦੀਜੈ ਜਿਹਨਾਂ ਨਾਨਕ ਗੁਰਮੁਖ ਹਿਰਦਾ ਸੁਧ ਹੈ ਹਰ ਭਗਤ ਹਰ ਲੀਜੈ। ਮਹਾਂਪੁਰਸ਼ ਕਹਿੰਦੇ ਵੀ ਜਦੋਂ ਆ ਗਏ ਲੇਟ ਆਏ ਵੀ ਕਿੱਥੇ ਰਹਿ ਗਏ ਸੀ ਮਹਾਰਾਜ ਜੀ, ਉੱਥੇ ਕਵੀ ਦਰਬਾਰ ਲੱਗਿਆ ਸੀ, ਅਸੀਂ ਕਿਹਾ ਅਸੀਂ ਵੀ ਕਵਿਤਾ ਪੜ੍ਹ ਲਈਏ। ਕਹਿੰਦੇ ਹੋਂ ਨੂੰ ਪੱਠੇ ਪਾਇਆ ਹੈ। ਦੇਖੋ ਇਹ ਹੁਣ ਮਹਾਂਪੁਰਸ਼ ਸੋਚ ਸਕਦੇ ਨੇ, ਨਹੀਂ ਤਾਂ ਆਮ ਬੰਦਾ ਤਾਂ ਕਹੇਗਾ ਵੀ ਵਧੀਆ ਕੀਤਾ ਭਾਈ ਸ਼ਾਬਾਸ਼ ਤੁਹਾਡੇ ਕਵਿਤਾ ਪੜ੍ਹਿਆ ਹੈ। ਪਰ ਅੰਦਰਲੀ ਹਾਂ ਜਿਹੜੀ ਆ ਉਹਨੂੰ ਮਹਾਂਪੁਰਸ਼ ਜਾਣਦਾ, ਉਹਨੂੰ ਗੁਰੂ ਜਾਣਦਾ ਹੈ।
ਗੁਰੂ ਨਾਨਕ ਜਾਣਦੇ ਨੇ ਵੀ ਹੁਕਮ ਦੇ ਵਿੱਚ ਹੋਮੇ ਦਾ ਨਾਸ ਹੋ ਜਾਏਗਾ। ਜਾਂ ਫਿਰ ਭਾਈ ਗੁਰਦਾਸ ਜੀ ਦਾ ਵਚਨ ਹੈ, ਵਾਹਿਗੁਰੂ ਗੁਰ ਮੰਤਰ ਹੈ, ਵਾਹਿਗੁਰੂ ਗੁਰ ਮੰਤਰ ਹੈ, ਵਾਹਿਗੁਰੂ ਗੁਰ ਮੰਤਰ ਹੈ, ਜਪ ਹਉ ਮੈਂ ਖੋਈ। ਜਿਹੜਾ ਗੁਰ ਮੰਤਰ ਹੈ, ਗੁਰ ਸ਼ਬਦ ਹੈ, ਨਾ ਤਾਤ ਸੰਗਤ, ਦਰਅਸਲ ਇਹੀ ਹੁਕਮ ਹੈ। ਸਤਸੰਗਤ ਕਹਿਤੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ। ਇੱਕੋ ਨਾਮ ਹੁਕਮ ਹੈ, ਬਸ ਨਾਮ ਅਤੇ ਹੁਕਮ ਦੋ ਚੀਜ਼ਾਂ ਨਹੀਂ ਹਨ। ਨਾਮ ਜਪ ਲਿਆ ਅਤੇ ਹੁਕਮ ਮੰਨ ਲਿਆ, ਇੱਕੋ ਹੀ ਗੱਲ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮੈਲ ਪਾਏ ਸੀ। ਗੁਰੂ ਨਹੀਂ ਰਹਿਣ ਦਿੰਦਾ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਕ ਸ਼ਹਿਰ ਵਿੱਚ ਗਏ ਹਨ। ਉੱਥੇ ਬੜੇ ਬ੍ਰਹਮ ਗਿਆਨੀ ਸਨ, ਤਕਰੀਬਨ ਸਾਰਾ ਹੀ ਸ਼ਹਿਰ ਕਹਿੰਦੇ ਬ੍ਰਹਮ ਗਿਆਨੀਆਂ ਦਾ। ਅਤੇ ਪਖੰਡ ਦੂਰ ਕਰਨ ਵਾਸਤੇ ਫੋਕਾ ਅਹੰਕਾਰ ਜਿਹੜਾ ਹੈ, ਵੀ ਮੈਂ ਵੀ ਕੁਛ ਹਾਂ, ਐਵੇਂ ਬਣ ਕੇ ਬਹਿ ਜਾਣਾ,
ਗੁਰੂ ਨਾਨਕ ਦਾ ਕੰਮ ਹੈ ਸਾਰਿਆਂ ਔਗਣਾਂ ਨੂੰ, ਸਾਰਿਆਂ ਦੇ ਰੋਗਾਂ ਨੂੰ ਦੂਰ ਕਰਨਾ। ਮਨੁੱਖਤਾ ਦੇ ਰੋਗ ਹੀ ਦੂਰ ਕੀਤੇ ਨਾ ਮਹਾਰਾਜ ਜੀ ਨੇ, ਇਹ ਵੱਡਾ ਰੋਗ ਸੀ। ਸਾਰੇ ਬ੍ਰਹਮ ਗਿਆਨੀ ਬਣ ਗਏ ਮਹਾਰਾਜ ਜੀ। ਭਾਈ ਮਰਦਾਨੇ ਨੂੰ ਉੱਥੇ ਜਾ ਕੇ ਇੱਕ ਬੁਕਚਾ ਦਿੰਦੇ ਹਨ। ਭਾਈ ਮਰਦਾਨਾ ਇਸ ਤਰ੍ਹਾਂ ਆਵਾਜ਼ ਦੇ ਜਾ ਕੇ ਪਿੰਡ ਦੇ ਵਿੱਚ, ਸ਼ਹਿਰ ਦੇ ਵਿੱਚ, ਸਤ ਵਚਨ ਮਹਾਰਾਜ ਜੀ। ਆ ਗਿਆ ਬਾਬਾ ਵੈਦ ਰੋਗੀਆਂ ਦਾ, ਆ ਗਿਆ ਬਾਬਾ ਵੈਦ ਰੋਗੀਆਂ ਦਾ, ਆ ਗਿਆ ਬਾਬਾ ਵੈਦ ਰੋਗੀਆਂ ਦਾ, ਆ ਗਿਆ ਬਾਬਾ ਵੈਦ ਰੋਗੀਆਂ ਦਾ। ਇਸ ਤਰ੍ਹਾਂ ਭਾਈ ਮਰਦਾਨਾ ਉੱਚੀ ਉੱਚੀ ਆਵਾਜ਼ ਦਿੰਦਾ ਫਿਰਦਾ ਹੈ। ਮਹਿਲਾਂ ਦੇ ਪਾਸ, ਰਾਜੇ ਦੇ ਮਹਿਲਾਂ ਪਾਸ ਚਲਿਆ ਗਿਆ। ਉੱਥੇ ਕੋਈ ਖਾਸ ਬੰਦਾ ਰਾਜੇ ਦਾ ਅਹਿਲਕਾਰ, ਉਹ ਕਹਿੰਦਾ ਜੀ ਤੁਸੀਂ ਵੈਦ ਹੋ? ਭਾਈ ਮਰਦਾਨਾ ਕਹਿੰਦਾ ਨਾ ਭਾਈ, ਮੈਂ ਤਾਂ ਨਹੀਂ ਵੈਦ, ਮੇਰੇ ਮਾਲਕ ਹਨ, ਬਾਹਰ ਬੈਠੇ ਨੇ, ਉਹ ਨੇ ਵੈਦਾਂ ਦੇ ਵੈਦ। ਬਈ ਦਰਅਸਲ ਮੈਂ ਤਾਂ ਪੁੱਛਿਆ ਵੀ ਸਾਡਾ ਰਾਜਾ ਬੜਾ ਹੀ ਪ੍ਰਜਾ ਪ੍ਰਤਪਾਲਕ ਹੈ, ਵਾਲਦੈਨ ਜਿਸ ਤਰ੍ਹਾਂ ਬੱਚਿਆਂ ਦੀ ਪਰਵਰਿਸ਼ ਕਰਦੇ ਹਨ, ਇਸ ਤਰ੍ਹਾਂ ਉਹ ਬੱਚਿਆਂ ਵਾਂਗੂ ਪਾਲਦਾ ਹੈ ਜਨਤਾ ਨੂੰ। ਪਰ ਉਹਨੂੰ ਵਿਚਾਰੇ ਨੂੰ ਕੋਹੜ ਦਾ ਰੋਗ ਹੋ ਗਿਆ। ਕੀ ਉਹ ਕੋਹੜ ਦਾ ਰੋਗ ਵੀ ਦੂਰ ਕਰ ਦੇਗਾ ਤੇਰਾ ਵੈਦ? ਭਾਈ ਮਰਦਾਨਾ ਕਹਿੰਦਾ ਸਾਰੀ ਦੁਨੀਆਂ ਦਾ ਕੋਹੜ ਚੱਕ ਸਕਦੇ ਨੇ ਉਹ, ਤੂੰ ਮੇਰੇ ਨਾਲ ਚੱਲ, ਜਾ ਕੇ ਗੱਲ ਕਰ ਮਹਾਰਾਜ ਦੇ ਨਾਲ।
ਨਾਲ ਆ ਗਿਆ। ਨਮਸਕਾਰ ਕੀਤੀ ਭਾਈ ਮਰਦਾਨੇ ਨੇ, ਉਹਨੇ ਵੀ ਕੀਤੀ ਵੀ ਮਹਾਰਾਜ ਜੀ ਇਹ ਖਾਸ ਅਹਿਲਕਾਰ ਹੈ ਰਾਜੇ ਦਾ, ਇਹ ਕਹਿੰਦਾ ਵੀ ਸਾਡੇ ਰਾਜੇ ਨੂੰ ਕੋਹੜ ਹੋਇਆ ਹੈ, ਮਹਾਰਾਜ ਜੀ ਆਪ ਕਿਰਪਾ ਕਰੋ ਉਹਦਾ ਕੋਹੜ ਦੂਰ ਕਰੋ। ਮਹਾਰਾਜ ਜੀ ਕਹਿੰਦੇ ਕੋਈ ਗੱਲ ਹੀ ਨਹੀਂ ਹੈ, ਕੋਹੜ ਭਾਈ ਦੂਰ ਹੋ ਸਕਦਾ ਹੈ, ਪਰ ਇੱਕ ਸਾਨੂੰ ਥੋੜ੍ਹਾ ਜਿਹਾ ਤੇਲ ਚਾਹੀਦਾ ਬਰਮ ਗਿਆਨੀ ਦਾ। ਇੱਕ ਬਰਮ ਗਿਆਨੀ ਹੋਵੇ, ਉਹਨੂੰ ਕੋਹਲੂ 'ਚ ਪੀੜਾਂਗੇ, ਉਹਦਾ ਤੇਲ ਕੱਢਾਂਗੇ, ਉਹ ਤੇਲ ਰਾਜੇ ਦੇ ਲਾਵਾਂਗੇ ਅਤੇ ਰਾਜਾ ਬਿਲਕੁਲ ਠੀਕ ਹੋਜੂ। ਕਹਿੰਦਾ ਜੀ ਬਰਮ ਗਿਆਨੀ, ਸਾਡਾ ਤਾਂ ਰਾਜ ਸਾਰਾ ਹੀ ਸ਼ਹਿਰ ਹੀ ਬਰਮ ਗਿਆਨੀਆਂ ਦਾ ਹੈ। ਮਹਾਰਾਜ ਜੀ ਕਹਿੰਦੇ ਸ਼ਹਿਰ ਹੋਵੇ ਚਾਹੇ ਨਾ ਹੋਵੇ, ਸਾਨੂੰ ਉਹ ਚਾਹੀਦਾ ਜਿਹੜਾ ਸੱਚਮੁੱਚ ਆਪਦਾ ਦੇ ਤੇਲ ਕਢਾ ਸਕੇ। ਪਤਾ ਸੀ ਮਹਾਰਾਜ ਜੀ ਨੂੰ ਸਭ ਨੇ ਭੱਜ ਜਾਣਾ, ਡੌਂਡੀ ਫਰਵਾ ਦਿਓ ਭਾਈ, ਡੌਂਡੀ ਫਰਵਾ ਦਿੱਤੀ ਵੀ ਕੋਈ ਵੈਦ ਆਇਆ, ਉਹਨੇ ਇਲਾਜ ਕਰਨਾ ਹੈ, ਰਾਜੇ ਦਾ ਕੋਹੜ ਹਟਾਉਣਾ, ਪਰ ਕਿਵੇਂ ਵੀ ਕੋਈ ਬਰਮ ਗਿਆਨੀ ਆਪਣਾ ਤੇਲ ਕਢਾਵੇ, ਕੋਹਲੂ ਵਿੱਚ ਪੀੜਿਆ ਜਾਊਗਾ ਉਹਨੂੰ, ਉਹਦਾ ਤੇਲ ਰਾਜੇ ਦੇ ਲੱਗੇਗਾ ਅਤੇ ਰਾਜਾ ਨੌ ਬਰ ਨੌ ਹੋਊਗਾ, ਇਹਦਾ ਮਤਲਬ ਉਹ ਤਾਂ ਮਰਜੂਗਾ ਨਾ। ਉਹ ਆਪਣੇ ਸਰੀਰ ਦੀ ਅਹੁਤੀ ਦੇ ਕੇ ਕਿਸੇ ਦਾ ਭਲਾ ਕਰਨਾ ਇਹ ਬਰਮ ਗਿਆਨੀ ਅਸਲੀ ਕਰ ਸਕਦਾ ਹੈ। ਜਦੋਂ ਟੌਂਡੀ ਫੇਰੀ ਕਿਤੇ ਵੀ ਇੱਕ ਬਣਾ ਨਿਕਲਿਆ, ਸਭ ਖਾਣ ਪੀਣ ਵਾਲੇ ਮਜਨੂੰ ਜਿਹੜੇ ਸਨ ਬਸ ਪਤਾ ਨਹੀਂ ਕਿੱਧਰ ਨੂੰ ਭੱਜ ਗਏ। ਇੱਕ ਵੇਰ ਡੌਂਡੀ ਫੇਰੀ, ਦੋ ਵੇਰ ਭਾਈ ਕੋਈ ਆਇਆ ਨਹੀਂ। ਮਹਾਰਾਜ ਜੀ ਕਹਿੰਦੇ ਮਹਾਰਾਜ ਸਾਰਾ ਸ਼ਹਿਰ ਹੀ ਚੁੱਪ ਹੀ ਕਰ ਗਏ। ਆਖਰ ਇੱਕ ਬਰਮ ਗਿਆਨੀ ਆਇਆ, ਸੱਚਮੁੱਚ ਬਰਮ ਗਿਆਨੀ, ਉਪਰੋਂ ਦੇਖਣ ਨੂੰ ਨਹੀਂ ਕੋਈ ਇਹੀ ਜਿਹੀ ਗੱਲ, ਪਰ ਅੰਦਰਲੀ ਵਸਤਾ ਹੈ ਸਾਧ ਸੰਗਤ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀਂ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਨ ਜਾਰੇ ਕਹਿ ਨਾਨਕ, ਜਿਨ ਮਨ ਨਿਰਮਲ ਸਦਾ ਰਹੇ ਗੋ ਨਾਲੇ। ਇਹ ਹੈ ਅੰਦਰੋਂ ਬਾਹਰੋਂ ਇੱਕੋ ਜਿਹਾ, ਜਿਹੜਾ ਇੱਕ ਉਹ ਨੇ ਜਿਹੜੇ ਅੰਦਰ ਵੜ ਗਏ, ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਉੱਤੋਂ ਸੋ ਸੁਣਿਆ ਨਾਹੀਂ, ਫਿਰੈ ਜਿਉਂ ਬੇਤਾਲਿਆ, ਕਹਿ ਨਾਨਕ ਜਿਹਨੀ ਸੱਚ ਤੱਜਿਆ, ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ। ਉਹ ਤਾਂ ਉਹ ਨੇ ਭਾਈ, ਇਹਨਾਂ ਨੇ ਜਨਮ ਜੂਏ ਹਾਰਿਆ, ਇਹਨੇ ਜਨਮ ਆਪਣਾ ਲੇਖੇ ਲਾ ਲਿਆ, ਸੱਚਮੁੱਚ ਵਰਮ ਗਿਆਨੀ। ਮਹਾਰਾਜ ਪੁੱਛਦੇ ਨੇ ਤੂੰ ਬਰਮ ਗਿਆਨੀ? ਨਾ ਮਹਾਰਾਜ ਜੀ, ਬਰਮ ਗਿਆਨੀ ਤਾਂ ਨਹੀਂ ਹਾਂ, ਪਰ ਸਰੀਰ ਪਤਾ ਵੀ ਨਾਸਵੰਤ ਹੈ, ਅੱਜ ਨਹੀਂ ਕੱਲ੍ਹ ਇਹਨੇ ਫਿਰ ਵੈਸੇ ਵੀ ਮਾਰੀ ਜਾਣਾ, ਜੇ ਕਿਸੇ ਲੇਖੇ ਲੱਗ ਜਾਏ ਚੰਗੀ ਗੱਲ ਹੈ ਮਹਾਰਾਜ ਜੀ। ਕਹਿੰਦੇ ਠੀਕ ਹੈ। ਫਿਰ ਉਹ ਜਲਧਾਰੇ ਜਿਹੜੇ ਕਰਦੇ ਨੇ, ਘੜੌਂਜੀ ਮੰਗਾਈ, ਅਤੇ ਘੜੌਂਜੀ ਮੰਗਾਈ ਅਤੇ ਉੱਪਰ ਸਿਖਰ ਦੇ ਉਹਦੇ ਜਿਹੜੇ ਉੱਪਰਲੀ ਡੰਡਾ ਸੀ ਉਹਦੇ ਉੱਪਰ ਇੱਕ ਘੜਾ ਪਾਣੀ ਦਾ ਭਰ ਕੇ ਰੱਖਿਆ, ਉਹਦੇ ਥੱਲੇ ਬਿਠਾਇਆ ਬਰਮ ਗਿਆਨੀ ਨੂੰ, ਉਦੋਂ ਥੱਲੇ ਬਿਠਾਇਆ ਰਾਜੇ ਨੂੰ, ਉੱਪਰੋਂ ਪਾਣੀ ਛੱਡ ਦਿੱਤਾ। ਜਿਹੜਾ ਪਾਣੀ ਬਰਮ ਗਿਆਨੀ ਨੂੰ ਟੱਚ ਕਰਦਾ ਸਾਧ ਸੰਗਤ, ਉਹ ਰਾਜੇ ਦਾ ਕੋਹੜ ਦੂਰ ਕਰੀ ਜਾਂਦਾ। ਹੁਣ ਇੱਥੇ ਕਈ ਸ਼ੰਕੇ ਕਰਦੇ ਨੇ ਜੀ,
ਅੰਮ੍ਰਿਤਸਰ ਦਰਬਾਰ ਸਾਹਿਬ ਸਰੋਵਰ ਦੇ ਵਿੱਚ ਕੀ ਤਾਕਤ ਹੈ, ਜਿੱਥੇ ਦਸਾਂ ਪਾਤਸ਼ਾਹੀਆਂ ਦੇ ਅੱਠਾਂ ਪਾਤਸ਼ਾਹੀਆਂ ਦੇ ਚਰਨ ਪਏ ਹੋਣ, ਕਰੋੜਾਂ ਬ੍ਰਹਮ ਗਿਆਨੀ ਸਿੱਖਾਂ ਦੇ ਚਰਨ ਪਏ ਹੋਣ, ਕੀ ਕੋਈ ਸ਼ੰਕਾ ਰਹਿ ਗਈ ਵੀ ਉਹ ਪਵਿੱਤਰ ਨਹੀਂ ਹੋਇਆ ਹੈ? ਸਰੋਵਰ ਇੱਕ ਇੱਕ ਜ਼ਰਾ ਜ਼ਰਾ ਉਹਦਾ ਮਹਾਨ ਪਵਿੱਤਰ ਹੋ ਚੁੱਕਿਆ ਬਈ। ਗੱਲ ਹੈ ਸ਼ਰਧਾ ਦੀ, ਤਰਕ ਜਿੰਨੀ ਮਰਜ਼ੀ ਕਰੀ ਜਾਓ, ਤਰਕ ਤਾਂ ਰੱਬ ਤੇ ਕਰਦੇ ਹੀ ਨੇ ਜਿਹੜੇ ਨਾਸਤਕ ਲੋਕ ਨੇ, ਵੀ ਜੇ ਹੋਵੇ ਤਾਂ ਸਾਨੂੰ ਦਿਖੇ ਨਾ, ਪਰ ਉਹਨੂੰ ਕੀ ਦੱਸੀਏ? ਕੱਕਾ ਆਖਦਾ ਕੁਦਰਤੀ ਰੱਬ ਦਿੱਤੇ, ਅਸੀਂ ਕਿਵੇਂ ਦਿਖਾ ਲਈਏ ਅੰਨਿਆਂ ਨੂੰ? ਉਹਨਿਆਂ ਨੂੰ, ਉੱਲੂਆਂ ਨੂੰ ਕੋਈ ਸੂਰਜ ਦਿਖ ਸਕਦਾ? ਉੱਲੂਆਂ ਨੇ ਇਕੱਠੇ ਹੋ ਕੇ ਕਿਹਾ ਵੀ ਸੂਰਜ ਹੋਵੇ ਸਾਨੂੰ ਨਾ ਦਿਖੇ, ਅਤੇ ਉਹਨਾਂ ਨੇ ਫੈਸਲਾ ਕਰ ਦਿੱਤਾ ਵੀ ਸੂਰਜ ਨਾਮ ਦੀ ਕੋਈ ਚੀਜ਼ ਨਹੀਂ, ਐਵੇਂ ਦੁਨੀਆਂ ਦੀ ਕਪੋਲ ਕਲਪਨਾ ਹੈ, ਐਵੇਂ ਲੋਕ ਰੌਲਾ ਪਾਉਂਦੇ ਨੇ ਸੂਰਜ ਹੈ ਸੂਰਜ ਹੈ, ਜੇ ਹੋਵੇ ਸਾਨੂੰ ਨਾ ਦਿਖੇ। ਅਤੇ ਜੇ ਤੁਹਾਨੂੰ ਨਹੀਂ ਦਿਖਦਾ ਇਹਦਾ ਮਤਲਬ ਸੂਰਜ ਨਹੀਂ ਹੈ, ਜੇ ਅੰਨੇ ਹੋ ਤੁਹਾਨੂੰ ਨਹੀਂ ਦਿਖਦਾ ਰੱਬ ਤਾਂ ਇਹਦਾ ਮਤਲਬ ਰੱਬ ਨਹੀਂ ਹੈ, ਤੁਹਾਡੇ ਕਹਿਣ ਨਾਲ ਰੱਬ ਦਾ ਭਾਵ ਨਹੀਂ ਹੋ ਜਾਂਦਾ। ਕੱਕਾ ਆਖਦਾ ਕੁਦਰਤੀ ਰੱਬ ਦਿਸੇ, ਅਸੀਂ ਕਿਵੇਂ ਦਿਖਾ ਲਈਏ ਅੰਨਿਆਂ ਨੂੰ? ਕੁਦਰਤ ਕਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਾਉ ਸੁਖ ਸਾਰ, ਸਾਰੀ ਖੇਡ ਚੱਲ ਰਹੀ ਹੈ ਪ੍ਰਕਿਰਤੀ ਦੀ, ਸਾਰੀ ਇਹ ਉਹਦੇ ਹੁਕਮ ਵਿੱਚ ਹੀ ਹੈ। ਅਤੇ ਬ੍ਰਹਮ ਗਿਆਨੀ ਦਾ ਪਾਣੀ ਲੱਗਿਆ ਸਾਧਸੰਗ ਰਾਜਾ ਬਿਲਕੁਲ ਠੀਕ ਠਾਕ ਹੋ ਗਿਆ। ਕਹਿਣ ਦਾ ਭਾਵ, ਉਹ ਜਿਹੜੇ ਹੰਕਾਰੀ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਿੰਦੇ ਸਨ, ਉਹਨਾਂ ਦਾ ਸਮਝ ਲਓ ਰੋਗ ਹੀ ਨਿਵਰਤ ਕਰ ਦਿੱਤਾ, ਜਦ ਮੁੜ ਕੇ ਕਹਿਣ ਹੀ ਹਟ ਗਏ। ਇਹੀ ਕੰਮ ਹੈ ਨਾ ਪੂਰੇ ਗੁਰੂ ਦਾ, ਵੀ ਅਗਲੇ ਦਾ ਹੰਕਾਰ ਹੀ ਨਿਵਰਤ ਕਰ ਦੇਣਾ। ਹੰਕਾਰ ਹਉਮੈ ਹੰਗਤਾ ਮਮਤਾ, ਇਹੋ ਹੀ ਹੈ ਜਿਹੜੀ ਜਨਮ ਮਰਨ ਦੇ ਚੱਕਰ ਵਿੱਚ ਲਈ ਫਿਰਦੀ ਹੈ। ਹਉਂ ਵਿੱਚ ਆਇਆ, ਹਉਂ ਵਿੱਚ ਗਿਆ, ਹਉਂ ਵਿੱਚ ਜੰਮਿਆ, ਹਉਂ ਵਿੱਚ ਮੂਆ, ਹਉਂ ਵਿੱਚ ਦਿੱਤਾ, ਹਉਂ ਵਿੱਚ ਲਾਇਆ, ਇਹੀ ਹਉਮੈ ਦੀਰਘ ਰੋਗ ਹੈ, ਇਹੀ ਰੋਗ ਹੈ ਨਾ। ਦਾਰੂ ਪੀਏ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਹੈ ਸੁਣੋ ਜਨੋ, ਇਹ ਸੰਜਮ ਦੁੱਖ ਜਾਏ। ਇਹ ਸੰਜਮ ਦੱਸਿਆ ਪੌੜੀ ਦੇ ਵਿੱਚ, ਸੇਵ ਕੀਤੀ ਸੰਤੋ ਕਈ, ਸੇਵ ਕੀਤੀ ਸੰਤੋ ਕਈ, ਜਿਨੀ ਸੱਚੋ ਸੱਚ ਤੇ ਆਇਆ, ਸੱਚੋ ਸੱਚ ਤੇ ਆਇਆ, ਉਨੀ ਮੰਦੇ ਪੈਰ ਨਾ ਰੱਖਿਓ। ਸੇਵ ਕੀਤੀ ਸੰਤੋਖੀ, ਸੇਵ
ਕੀਤੀ ਸੰਤੋਖੀ। ਸੰਤੋਖ ਧਾਰਨ ਕਰਕੇ, ਸੰਤੋਖ ਦਾ ਮਤਲਬ ਹੁੰਦਾ ਯਥਾ ਲਾਭ ਸੰਤੁਸ਼ਟੇ, ਜੋ ਰੱਬ ਨੇ ਦੇ ਦਿੱਤਾ ਉਸੇ ਵਿੱਚ ਖੁਸ਼ ਰਹਿਣਾ, ਉਲਾਂਭਾ ਨਾ ਦੇਣਾ। ਉਲਾਹ ਨੂੰ ਮੈਂ ਕਾਹੂ ਨਾ ਦੀਓ, ਮਨ ਮੀਟ ਤੁਹਾਰੋ ਕੀਓ। ਜਿੱਥੇ ਰੱਖੇ, ਜਿੱਥੇ ਰੱਖੇ ਵੈਕੁੰਠ ਤਥਾਈ, ਜਿੱਥੇ ਵਾਹਿਗੁਰੂ ਰੱਖੇ ਉੱਥੇ ਖੁਸ਼ ਰਹਿਣਾ। ਰਾਜ ਦੇ ਤਾਂ ਕਵਣ ਵਡਾਈ, ਭੀਖ ਮੰਗਾਵੇ ਤਾਂ ਕਿਆ ਘਟ ਜਾਈ। ਜਾਣੀ ਸੰਤੋਖ ਧਾਰਨ ਕਰ ਲਿਆ, ਗਰੀਬੀ ਦੇਤੀ ਤਾਂ ਤੇਰੀ ਮਰਜ਼ੀ ਮਹਾਰਾਜ ਜੀ, ਅਮੀਰੀ ਦੇਤੀ ਤਾਂ ਤੇਰੀ ਮੌਜ, ਤੇਰੀ ਖੁਸ਼ੀ। ਜਿਨੀ ਸੱਚੋ ਸੱਚ ਧਿਆਇਆ ਉਨੀ ਮੰਦੇ ਪੈਰ ਨਾ ਰੱਖਿਓ। ਮਾੜੇ ਪਾਸੇ ਨੂੰ ਇੱਕ ਵੀ ਕਦਮ ਨਹੀਂ ਗਿਆ ਉਹਨਾਂ ਦਾ, ਕਦੇ ਵੀ ਨਹੀਂ ਮਾੜੇ ਪਾਸੇ ਜਾਂਦੇ, ਨਾ ਸਿਨਮੇ ਵਿੱਚ, ਨਾ ਪੱਬਾਂ ਵਿੱਚ, ਨਾ ਕਲੱਬਾਂ ਵਿੱਚ, ਕਦੇ ਪਾਰਟੀਆਂ ਸ਼ਾਰਟੀਆਂ ਵਿੱਚ ਵੀ ਨਹੀਂ ਜਾਂਦੇ ਉਹ। ਉਹ ਕਹਿੰਦੇ ਕੀ ਲੈਣਾ, ਐਵੇਂ ਸਮਾਂ ਕਿਉਂ ਖਰਾਬ ਕਰਾਂਗੇ। ਜੀਵਨ ਦਾ ਜਿਹੜਾ ਇੱਕ ਇੱਕ ਸਕਿੰਟ ਬੜਾ ਕੀਮਤੀ ਹੈ ਸਤਸੰਗ ਤੋਂ, ਉਹ ਇੱਕ ਇੱਕ ਸਕਿੰਟ ਨੂੰ ਸੰਭਾਲ ਲੈਂਦੇ ਨੇ। ਦਮ ਦਮ ਸਦਾ ਸੰਭਾਲਦਾ, ਇੱਕ ਇੱਕ ਦਮ ਨੂੰ ਰੱਬ ਦੇ ਲੇਖੇ ਲਾਉਂਦੇ ਜਾਂਦੇ ਹਨ। ਬਸ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਉਹਨਾਂ ਦਾ ਇੱਕ ਵੀ ਦਮ ਬੇਅਰਥ ਨਹੀਂ ਜਾਂਦਾ। ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ, ਚੰਗੀ ਕ੍ਰਿਤ ਕੀਤੀ ਹੈ ਧਰਮ ਦੀ। ਧਰਮ ਕਮਾਇਆ ਉਹਨੀ ਦੁਨੀਆਂ ਤੋੜੇ ਬੰਧਨਾ, ਦੁਨੀਆਂ ਨਾਲੋਂ ਮੋਹ ਤੋੜ ਲਿਆ, ਅੰਨ ਪਾਣੀ ਥੋੜ੍ਹਾ ਖਾਇਆ, ਹਲ ਪਹਾੜ ਤੁਲਪਤੀ ਰਿੰਦਰਾ। ਅੰਨ ਪਾਣੀ ਥੋੜ੍ਹਾ ਖਾਇਆ, ਤੂੰ ਬਖਸੀਤੀ ਅਗਲਾ, ਨਿਤ ਦੇਵੈ ਚੜ੍ਹੈ ਸਵਾਇਆ, ਵਡਿਆਈ ਵੱਡਾ ਪਾਇਆ। ਸੇ ਬਿਮਾਰੀ ਹੈ, ਇਹਦਾ ਰੋਗ ਗੁਰੂ ਨਾਨਕ ਦੇਵ ਮਹਾਰਾਜ ਜੀ ਦੂਰ ਕਰ ਸਕਦੇ ਨੇ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔ ਖੁਦ ਮੁਖ ਦੇਵੈ, ਕੱਟੈ ਜਮਕੀ ਪੰਧਾ। ਸੋ ਆਪਾਂ ਵਿਚਾਰ ਸ਼ੁਰੂ ਕੀਤੀ ਸੀ, ਔਗਣ ਇਕੱਠੇ ਨਹੀਂ ਕਰਨੇ। ਮਹਾਂਪੁਰਸ਼ ਜ਼ਿੰਦਗੀ ਵਿੱਚ ਇਹੋ ਹੀ ਸਮਝਾਉਂਦੇ ਨੇ, ਭਾਈ ਔਗਣ ਤਿਆਗ ਕਰ ਦਿਓ, ਗੁਣਾਂ ਦੇ ਧਾਰਨੀ ਹੋ ਜਾਓ, ਹੌਲੀ ਹੌਲੀ ਛੱਡਦੇ ਜਾਓ। ਇੱਕ ਦਿਨ ਨਹੀਂ, ਇੱਕੋ ਦਿਨ ਤਾਂ ਛੱਡ ਵੀ ਨਹੀਂ ਹੋਣੇ। ਜਿਵੇਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਕੋਈ ਚੌਧਰੀ ਆਏ ਨੇ ਆਗਰੇ ਤੋਂ, ਅਤੇ ਆ ਕੇ ਸਾਰੇ ਹੀ ਬੇਨਤੀ ਕਰਦੇ ਨੇ, ਮਹਾਰਾਜ ਜੀ ਸਾਡੀ ਇੱਕ ਬੇਨਤੀ ਹੈ, ਸਾਡੇ ਬਚਨ ਸੁਣ ਲਓ ਆਪ। ਮਹਾਰਾਜ ਜੀ ਕਹਿੰਦੇ ਕਰੋ ਭਾਈ, ਕਰੋ। ਕੀ ਕਰਦੇ ਹੋ? ਹਿੰਮਤ ਬੜੀ ਕੀਤੀ ਉਹਨਾਂ ਨੇ। ਕਹਿੰਦੇ ਮਹਾਰਾਜ ਜੀ, ਤੁਹਾਡੇ ਚਰਨਾਂ 'ਚ ਆ ਕੇ ਸਾਡਾ ਇੱਕ ਮਨ ਵਿੱਚ ਅੱਜ ਫੁਰਨਾ ਬਣਿਆ ਵੀ ਗੁਰੂ ਮਹਾਰਾਜ ਦੇ ਚਰਨਾਂ 'ਚ ਤਾਂ ਸੱਚ ਬੋਲੀਏ ਨਾ। ਬੋਲੋ ਭਾਈ, ਅਸੀਂ ਸੱਚ ਹੀ ਬੁਲਾਉਣਾ ਤੁਹਾਨੂੰ। ਅਸੀਂ ਕਹਿੰਦੇ ਹਾਂ ਹਮੇਸ਼ਾ ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ। ਸਾਡਾ ਤਾਂ ਉਦੇਸ਼ ਹੀ ਹੈ ਵੀ ਸੱਚ ਬੋਲੋ, ਕਿਉਂਕਿ ਉੱਥੇ ਸੱਚੇ ਹੀ ਸੱਚ ਨਿਬੜਾ, ਉੱਥੇ ਸੱਚ ਦਾ ਹੀ ਨਿਸਤਾਰਾ ਹੋਣਾ। ਕੂੜ ਨਖੁੱਟੇ ਨਾਨਕਾ, ਓੜਕ ਸੱਚ ਰਹੀ। ਸੱਚ ਬੋਲੋ। ਕਹਿੰਦੇ ਮਹਾਰਾਜ ਜੀ, ਸੱਚ ਬੋਲਣ ਲੱਗੇ ਹਾਂ, ਅੱਜ ਤੁਸੀਂ ਹਿੰਮਤ ਦਿੱਤੀ ਹੈ ਸਾਨੂੰ, ਅਸੀਂ ਝੂਠ ਬੜਾ ਬੋਲਦੇ ਹਾਂ। ਊਂ ਸੱਚ ਬੋਲੇ ਹਾਂ ਪਰ ਝੂਠ ਬੜਾ ਬੋਲਦੇ ਹਾਂ। ਮਹਾਰਾਜ ਜੀ ਬੜੇ ਖੁਸ਼ ਹੋਏ ਸਤਸੰਗ ਤੋਂ। ਮਹਾਰਾਜ ਕਹਿੰਦੇ ਸ਼ਾਬਾਸ਼, ਤੁਸੀਂ ਅੱਜ ਸੱਚ ਬੋਲਿਓ, ਹੁਣ ਤੱਕ ਝੂਠ ਬੋਲਿਓ ਨਾ, ਆਪ ਹੀ ਕਹਿ ਰਹੇ ਹੋ ਹਾਂ ਮਹਾਰਾਜ ਜੀ, ਪਰ ਅੱਜ ਸੱਚ ਬੋਲਿਓ, ਇਹਦਾ ਦਾਰੂ ਵੀ ਹੁਣ
ਗੁਰੂ ਪਾਤਸ਼ਾਹ ਵੈਦ ਉਦੋਂ ਇਲਾਜ ਕਰ ਸਕਦਾ ਜਦੋਂ ਮਰੀਜ਼ ਆਪਣੀ ਸੱਚੀ ਗੱਲ ਕਮਜ਼ੋਰੀ ਦੱਸ ਦੇਵੇ। ਜਿੰਨੀ ਦੇਰ ਉਹ ਆਪਣੀ ਕਮਜ਼ੋਰੀ ਲੁਕੋ ਕੇ ਰੱਖਦਾ, ਪਤ ਜੋ ਕੁਛ ਕੀਤਾ ਮੈਂ ਗਲਤੀ ਕੀਤੀ ਉਹ ਨਹੀਂ ਦੱਸਦਾ, ਉਨੀ ਦੇਰ ਉਹਦਾ ਸਹੀ ਇਲਾਜ ਨਹੀਂ ਹੋ ਸਕਦਾ। ਮਹਾਰਾਜ ਜੀ ਕਹਿੰਦੇ ਅੱਜ ਤੁਸੀਂ ਸੱਚ ਬੋਲਿਓ, ਇਹਦਾ ਇਲਾਜ ਵੀ ਹੋ ਗਿਆ। ਹੁਣ ਮਹਾਰਾਜ ਜੀ ਫਿਰ ਕਿਰਪਾ ਕਰੋ, ਕਹਿੰਦੇ ਅੱਜ ਤੋਂ ਨੋਟਬੁੱਕਾਂ ਲੈ ਲਓ, ਕਾਪੀਆਂ, ਤੁਸੀਂ ਚਲੇ ਜਾਓ ਘਰਾਂ ਨੂੰ, ਪਰ ਰੋਜ਼ ਇੱਕ ਕੰਮ ਕਰਨਾ, ਜਿੰਨੇ ਝੂਠ ਬੋਲੇ ਰੋਜ਼ ਦੀ ਰੋਜ਼ ਤਰੀਕ ਪਾ ਕੇ ਲਿਖੀ ਜਾਣਾ। ਅਤ ਵਚਨ ਜੀ, ਬਸ ਇਹ ਸਾਡਾ ਵਚਨ ਮੰਨ ਲਓ, ਜਾਓ ਤੁਹਾਡਾ ਇਹ ਬਿਮਾਰੀ ਦੂਰ ਹੋ ਜੂਗੀ। ਬਿਮਾਰੀ ਦਾ ਇਲਾਜ ਕਰ ਦਿੱਤਾ ਮਹਾਰਾਜ ਜੀ ਨੇ, ਕਿਉਂਕਿ ਜਿਹਨੂੰ ਗੁਰੂ 'ਤੇ ਸ਼ਰਧਾ ਹੈ ਉਹ ਡਰੇਗਾ। ਫਿਰ ਜਦੋਂ ਅਸੀਂ ਬੇਡਰ ਹੁੰਦੇ ਹਾਂ ਨਾ, ਗੁਰੂ ਦੇ ਤੋਂ ਭੁਲੇਖਾ ਜਿਹਾ ਰਹਿ ਜਾਂਦਾ ਵੀ ਗੁਰੂ ਕਿਹੜਾ ਦੇਖਦਾ ਹੈ, ਰੱਬ ਕਿਹੜਾ ਦੇਖਦਾ ਹੈ, ਉਦੋਂ ਅਸੀਂ ਮਨਮਤ ਕਰਦੇ ਹਾਂ, ਫਿਰ ਕਮਜ਼ੋਰੀ ਉਦੋਂ ਆਉਂਦੀ ਹੈ ਸਾਡੇ 'ਚ। ਜੇ ਆਪਾਂ ਇਹ ਮੰਨ ਲਿਆ ਨਾ, ਜਦੋਂ ਸੱਚਮੁੱਚ ਹਰ ਵੇਲੇ ਸਦਾ ਅੰਗ ਸੰਗੇ ਭੰਗੰਗ ਭੂਤੇ, ਵੀ ਮੇਰੇ ਅੰਗ ਸੰਗ ਹੈ ਗੁਰੂ ਤਾਂ, ਕਲਗੀਧਰ ਪਾਤਸ਼ਾਹ ਮੈਨੂੰ ਦੇਖਦੇ ਹਨ, ਫਿਰ ਕੀ ਤੂੰ ਫੇਸਬੁੱਕਾਂ 'ਤੇ ਸੁਆ ਕੇ ਦੇਖੇਗਾ ਫਿਰ ਸਾਰੀ ਰਾਤ ਇਹ ਕੀ? ਹੁਣ ਮੇਰੇ ਤੋਂ ਕੁਛ ਹੋਰ ਮੂੰਹ 'ਚੋਂ ਨਿਕਲਦਾ ਬਕਵਾਸ ਜਿਹੜਾ, ਉਹ ਸਾਰੀ ਰਾਤ ਲੱਗੇ ਰਹਿੰਦੇ ਹੋ, ਸਵੇਰੇ ਉੱਠਣਾ ਨਹੀਂ, ਗੱਲ ਨਹੀਂ, ਕੋਈ ਬਾਤ ਨਹੀਂ, ਹੱਦ ਹੋ ਗਈ। ਕਿੱਡਾ ਵੱਡਾ ਜਨਮ ਦਾ ਬਰਬਾਦੀ ਹੈ, ਕਿੱਡਾ ਨੁਕਸਾਨ ਕਰ ਰਿਹਾ ਤੂੰ। ਜੇ ਤੈਨੂੰ ਐਂ ਹੋ ਜੇ ਵੀ ਮਹਾਰਾਜ ਜੀ ਮੈਨੂੰ ਦੇਖਦੇ ਨੇ, ਸਵਾਲ ਹੀ ਨਹੀਂ ਪੈਦਾ ਹੁੰਦਾ। ਬਸ ਜਦੋਂ ਅੰਗ ਸੰਗ ਮੰਨਣ ਲੱਗ ਜੇ ਆਪਾਂ, ਸਮਝ ਲਓ ਮਾਰਗ 'ਤੇ ਚੱਲ ਪਏ, ਗੁਰੂ ਨੂੰ ਪਰਮੇਸ਼ਰ ਨੂੰ ਆਪਣੇ ਨਾਲ ਮੰਨਣ ਲੱਗ ਗਏ ਨਾ, ਵੀ ਮੇਰੇ ਨਾਲ ਹੈ, ਸਦ ਸੁਣਦਾ ਸਦ ਵੇਖਦਾ, ਪੇਖਤ ਸੁਣਤ ਸਦਾ ਹੈ ਸੰਗੇ, ਲਓ ਜੀ ਮਾੜੇ ਕਰਮ ਨਹੀਂ ਹੋਣਗੇ। ਮਾੜੇ ਕਰਮਾਂ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ, ਗੁਰੂ ਨੂੰ ਨਾਲ ਮੰਨਣਾ। ਅਤੇ ਹੁਣ ਉਹਨਾਂ ਨੇ ਸੱਚ ਦੱਸਿਆ ਅਤੇ ਮਹਾਰਾਜ ਜੀ ਨੇ ਫਿਰ ਬਚਨ ਕਰ ਦਿੱਤਾ ਵੀ ਹੁਣ ਸੱਚ ਲਿਖਿਓ, ਕਿੰਨਾ ਝੂਠ ਬੋਲੇ ਲਿਖਣਾ ਸੱਚ। ਕਹਿੰਦਾ ਜੀ ਸੱਚ ਬੋਲਾਂਗੇ। ਲਿਖਣ ਲੱਗ ਗਏ ਜੀ, ਪਹਿਲੇ ਦਿਨ 1000 ਵੇਰ ਝੂਠ ਬੋਲਿਆ ਹੈ, ਮਹਾਰਾਜ ਜੀ ਕੀ ਕਹਿਣਗੇ? ਤਾਂ ਦੂਜੇ ਦਿਨ 500 ਹੀ ਰਹਿ ਗਿਆ, ਫਿਰ 250 ਹੀ ਰਹਿ ਗਿਆ, ਯਾਨੀ ਮੁੱਕਦੀ ਗੱਲ ਆਖਰੀ ਦਿਨ ਤੱਕ 0 ਹੋ ਗਈ, ਸਿਫਰ, ਕੋਈ ਝੂਠ ਨਹੀਂ ਆਖਰੀ ਦਿਨ 'ਤੇ ਆ ਕੇ। ਬੜੇ ਖੁਸ਼ ਨੇ ਸਾਰੇ ਹੀ, ਬਿਮਾਰੀ ਦਾ ਇਲਾਜ ਤਾਂ ਹੋ ਗਿਆ। ਸੂਖਮ ਢੰਗ ਨਾਲ ਗੁਰੂ ਮਹਾਰਾਜ ਇਲਾਜ ਕਰ ਦਿੰਦੇ ਨੇ ਤਾਂ ਸੰਗਤ 'ਤੇ, ਇਲਾਜ ਕਰ ਦਿੱਤਾ। ਆਏ ਮਹਾਰਾਜ ਜੀ, ਪਹਿਲਾਂ ਤਾਂ ਬੜਾ ਝੂਠ ਬੋਲੇ ਅਸੀਂ, ਪਰ ਹੁਣ ਮਹਾਰਾਜ ਜੀ ਇੱਕ ਵੀ ਝੂਠ ਨਹੀਂ ਰਿਹਾ। ਕਹਿੰਦੇ ਬਸ ਹੁਣ ਜੀਵਨ ਬਣ ਗਿਆ ਤੁਹਾਡਾ। ਇਹ ਇੱਕ ਇੱਕ ਔਗੁਣ ਛੱਡ ਦਈਏ ਨਾ ਆਪਾਂ, ਅੱਜ ਨਿੰਦਿਆ ਦਾ ਹੀ ਕਰ ਲਈਏ ਵੀ ਨਿੰਦਿਆ ਕਿਸੇ ਦੀ ਨਾ ਕਰਨੀ ਨਾ ਸੁਣਨੀ, ਕਿਉਂਕਿ ਮਹਾਰਾਜ ਦਾ ਵਚਨ ਹੈ ਕਰਨਾ ਸੁਣੈ ਕਾਹੂੰ ਕੀ ਨਿੰਦਾ, ਕੰਨਾਂ ਦੇ ਨਾਲ ਨਿੰਦਿਆ ਕਿਸੇ ਦੀ ਸੁਣਨੀ ਨਹੀਂ, ਕਿਉਂਕਿ ਭਾਰ ਤੇਰੇ ਸਿਰ ਚੜੂਗਾ ਜੇ ਤੂੰ ਕਹਿ ਦੇਵੇਂ ਨਾ ਭਰਾਵਾ ਰਹਿਣ ਦੇ, ਤੂੰ ਇੱਥੇ ਹੀ ਬੰਦ ਕਰ ਦੇ ਗੱਲ। ਉਹ ਹੁਣ ਕੰਧਾਂ ਨੂੰ ਤਾਂ ਸੁਣਾਉਣੋ ਰਿਹਾ, ਅਕਸਰ ਕੋਈ ਸੁਣਨ ਵਾਲਾ ਹੋਵੇਗਾ ਤਦੇ ਹੀ ਨਿੰਦਿਆ ਕਰਦਾ ਅਗਲਾ,
ਤੂੰ ਤਾਂ ਚਾਹ ਦੀ ਪਿਆਲੀ ਵੀ ਠੰਡੀ ਕਰ ਲੈਂਦਾ, ਵੀ ਹੋਰ ਵੀ ਦੱਸ ਕੋਈ ਹੋਰ ਗੱਲ ਅੱਗੇ ਦੱਸ ਕਿਵੇਂ ਹੋਈ ਫਿਰ, ਕਿੰਨਾ ਰਸ ਲੈ ਰਿਹਾ ਤੂੰ, ਹੁੰਦਾ ਨਾ ਐਵੇਂ ਹੀ। ਪਰ ਇਹ ਮਾੜੀਆਂ ਵਾਦੀਆਂ ਹਨ, ਇਹਨਾਂ ਔਗਣਾਂ ਨੂੰ ਹੀ ਛਡਾਉਂਦੇ ਨੇ ਮਹਾਂਪੁਰਸ਼। ਬਸ ਸੰਸਾਰ ਵਿੱਚ ਆਉਣਾ ਆਉਣ ਦਾ ਉਹਨਾਂ ਦਾ ਇਹੀ ਮਕਸਦ ਹੈ ਬਈ ਤੂੰ ਔਗਣਾਂ ਨੂੰ ਛੱਡ ਕੇ ਗੁਣਾਂ ਨੂੰ ਧਾਰਨ ਕਰ, ਹੌਲੀ 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 ਤੂੰ ਰੱਬ ਦੇ ਨੇੜੇ ਚੱਲਿਆ ਜਾਏਗਾ, ਤੇਰਾ ਇਹ ਜਨਮ ਸਫਲਾ ਹੋ ਜਾਏਗਾ, ਤੇਰਾ ਜੀਵਨ ਇਹ ਲੇਖੇ ਵਿੱਚ ਪੈ ਜਾਏਗਾ। ਜਿਵੇਂ ਭਗਤ ਰਵਿਦਾਸ ਜੀ ਦਾ ਵਚਨ ਹੈ ਕਿ ਜਨਮ ਤੁਮਾਰੇ ਲੇਖੇ ਮਾਧੋ ਲੇਖੇ ਦੇ ਵਿੱਚ ਲਾਲੋ, ਜਨਮ ਤੁਮਾਰੇ ਲੇਖੇ ਮਾਧੋ ਲੇਖੇ ਦੇ ਵਿੱਚ ਲਾਲੋ, ਇਹ ਜਨਮ
ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਦਾਸ ਹਾਥ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਬੜੇ ਜਨਮ ਹੋ ਗਏ ਵਿਛੜਿਆਂ ਨੂੰ, ਮੁੜ ਕੇ ਇੰਨੇ ਜਨਮਾਂ ਤੋਂ ਬਾਅਦ ਪਤਾ ਨਹੀਂ ਕਿੰਨੇ ਕੁ ਬਹੁਤੇ ਫੇਰ ਭਏ ਕਿਰਪਨ ਕੋ। ਬੜੇ ਫੇਰੇ ਹੋਏ ਨੇ, ਬੜੇ ਚੱਕਰ ਪਏ ਨੇ, ਫਿਰ ਤਾਂ ਬਹੁਤੇ ਯੁੱਗ ਹਾਰਿਓ, ਯੁੱਗੇ ਯੁੱਗ ਬਹੁਤੇ ਯੁੱਗ ਬੀਤ ਗਏ ਸੀ ਜਦੋਂ ਆਪਾਂ ਆਏ ਹਾਂ। ਜਦੋਂ ਆਹ ਮਨੁੱਖਾਂ ਦੇ ਮਿਲੀਏ ਉਦੋਂ ਪਹਿਲਾਂ ਦੀ ਗੱਲ ਕਰਦੇ ਨੇ ਮਹਾਰਾਜ ਜੀ, ਅਤੇ ਫਿਰ ਗੁਰੂ ਜਾਣਦਾ ਨਾ ਕੀ ਕਹਿੰਦੇ, ਜਨਮ ਮਰਨ ਦਾ ਕੋਈ ਚੱਕਰ ਨਹੀਂ ਹੈ, ਬਸ ਇੱਥੇ ਹੀ ਹੈ ਜੋ ਕੁਛ, ਇਦੋਂ ਬਾਅਦ ਕੋਈ ਕਿਤੇ ਨਹੀਂ ਜਾਣਾ ਆਉਣਾ ਹੈ। ਐਸਾ ਕਿਵੇਂ ਹੋ ਸਕਦਾ? ਜਦ ਮਹਾਰਾਜ ਜੀ ਲਿਖ ਰਹੇ ਨੇ ਬਹੁਤ ਜਨਮ ਵਿਛਰੇ ਥੇ ਮਾਧੋ, ਫਿਰਤ ਬਹੁਤੇ ਯੁੱਗ ਹਾਰਿਓ, ਬਹੁਤੇ ਯੁੱਗ ਹੋ ਗਏ। ਇੱਕ ਯੁੱਗ ਦੀ 432,000 ਸਾਲ ਉਮਰ ਹੈ ਇਕੱਲੇ ਕਲਯੁੱਗ ਦੀ, 864,000 ਫਿਰ ਦੁਆਪਰ ਦੀ ਹੈ, ਫਿਰ ਉਦੋਂ ਦੁੱਗਣੀ 40-50 ਲੱਖ ਸਾਲ ਬਣ ਜਾਂਦੇ ਨੇ। ਇੰਨੇ ਲੱਖ ਸਾਲ ਦੀ ਉਮਰ ਫਿਰ ਬਹੁਤੇ ਨਾਲੇ, ਫਿਰ ਇੱਕ ਯੁੱਗ ਦੀ ਗੱਲ ਨਹੀਂ, 4 ਯੁੱਗਾਂ ਦੀ ਗੱਲ ਨਹੀਂ, ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ, ਤਾਂ ਮਿਲੀ ਹੈ ਮਨੁੱਖਾਂ ਦੇ। ਕਦੇ ਬਹਿ ਕੇ ਸੋਚਿਆ ਕਰ, ਇਕੱਲਾ ਬਹਿ ਕੇ ਇਕਾਗਰ ਚਿੱਤ ਹੋ ਕੇ ਵੀ, ਹੈ ਮਹਾਰਾਜ ਜੀ ਇੰਨੇ ਯੁੱਗ ਹੋ ਗਏ ਫਿਰਦਿਆਂ ਨੂੰ, ਜੇ ਕਿਤੇ ਹੱਥੋਂ ਨਿਕਲ ਗਏ ਮੁੜ ਕੇ ਯੁੱਗਾਂ ਵਿੱਚ ਫਿਰ ਭੜਕਣਾ ਪੈ ਜਾਣਾ, ਲੰਮਾ ਚੱਕਰ ਬੜਾ ਹੈ। ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਜਾਏ ਪਿਆ ਦੇਸ ਲੰਮੈ, ਮਨਮੁਖ ਆਵੈ ਮਨਮੁਖ ਜਾਵੈ, ਮਨਮੁਖ ਫਿਰ ਚੋਟਾਂ ਖਾਵੈ, ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ। ਮਹਾਰਾਜ ਜੀ ਨੇ 50 ਸਾਲ ਦਿਨ ਰਾਤ ਇੱਕ ਕੀਤਾ, ਐਵੇਂ ਨਹੀਂ ਕੀਤਾ ਸਾਡੇ ਭਲੇ ਵਾਸਤੇ, ਬਈ ਜਗਿਆਸੂ ਕਿਸੇ ਰਸਤੇ 'ਤੇ ਪੈ ਜਾਣ, ਸਹੀ ਮਾਰਗ 'ਤੇ ਤੁਰ ਪੈਣ। ਜਿਹੜਾ ਇੱਕ ਵਾਰ ਤੁਰ ਪਿਆ ਉਹ ਮੰਦਰ 'ਤੇ ਪਹੁੰਚ ਜੂਗਾ, ਚਾਹੇ ਹੌਲੀ ਹੌਲੀ ਕੀੜੀ ਦੀ ਚਾਲ ਹੀ ਚੱਲੇ। ਜਿਹੜਾ ਤੁਰਿਆ ਹੀ ਨਹੀਂ ਉਹਨੇ ਪਹੁੰਚਣਾ ਕੀ ਹੈ ਭਾਈ, ਨਹੀਂ ਤਾਂ ਰਸਤੇ ਵਿੱਚ ਹੀ ਭੜਕਦੇ ਫਿਰਾਂਗੇ ਆਪਾਂ, ਓਜੜ ਪੈ ਜਾਵਾਂਗੇ, ਪਤਾ ਨਹੀਂ ਕਿੱਧਰ। ਜੇ ਸਹੀ ਰਸਤਾ ਗੁਰਮੁਖ ਗਾਡੀ ਰਾਹ ਚਲਾਇਆ ਗੁਰੂ ਨਾਨਕ ਨੇ ਦੱਸ ਦਿੱਤਾ, ਫਿਰ ਉਹ ਰਾਹ 'ਤੇ ਕਿਉਂ ਨਾ ਚੱਲੀਏ ਆਪਾਂ, ਦੇਰ ਕਾਹਦੀ, ਸਮਾਂ ਨਾ ਬਰਬਾਦ ਕਰੋ, ਕਿਉਂਕਿ ਸਮਾਂ ਬਹੁਤ ਥੋੜ੍ਹਾ ਜਿਹਾ ਹੈ, ਬਿਲਕੁਲ 1 ਸਕਿੰਟ ਜਿੰਨਾ ਕੁ ਕਹਿ ਲਓ, ਕਿਉਂਕਿ 1 ਸਕਿੰਟ ਬਾਅਦ ਪਤਾ ਨਹੀਂ ਜੀਵਨ ਹੈ ਕਿ ਨਹੀਂ ਹੈ, ਸਭ ਵਾਸਤੇ ਹੈ। ਪਾਤਸ਼ਾਹ ਨੇ ਫੈਸਲਾ 4th ਪਾਤਸ਼ਾਹ ਦਾ, ਨਾਮ ਜਪਦਿਆਂ ਖਿਨ ਢਿੱਲ ਨਾ ਕੀਜੈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੋ ਆਵੈ ਕੇ ਨਾ ਆਵੈ ਰਾਮ। ਵੀ ਨਾਮ ਜਪਦਿਆਂ ਢਿੱਲ ਨਾ ਕਰੀ, ਪਤਾ ਨਹੀਂ ਅਗਲਾ ਸਾਹ ਆਉਣਾ ਹੈ ਕਿ ਨਹੀਂ ਆਉਣਾ, ਇਹਦਾ ਮਤਲਬ 1 ਸਕਿੰਟ ਦੀ ਗੱਲ ਹੈ, ਸਕਿੰਟ 'ਚ ਸਾਹ ਆ ਗਿਆ, ਸਕਿੰਟ 'ਚ ਨਾ ਆਇਆ, ਇੰਨੀ ਕੁ ਖੇਡ ਹੈ ਨਾ, ਜੇ ਇੰਨੀ ਕੁ ਖੇਡ ਹੈ ਫਿਰ ਦੇਰ ਕਾਹਦੀ, ਕਿਉਂ ਲੰਬੇ ਦਾਈਏ, ਕਿਉਂ ਲੰਬੀਆਂ ਸੋਚਾਂ। ਕਬੀਰ ਸਾਹਿਬ ਜੀ ਦਾ ਵਚਨ ਹੈ ਨਾ, ਹਰ ਕਾ ਨਾਮ ਨਾ ਜਪਤ ਗਵਾਰਾ, ਕਿਆ ਸੋਚੇ ਬਾਰੰਬਾਰਾ।
ਨਾਮ ਨ ਜਪ ਸਗਵਾਰਾ ਕਿਆ ਸੋਚੇ ਬਾਰੰਬਾਰ ਹਰ ਕਾ ਨਾਮ ਨ ਕਿਉਂ ਨਹੀਂ ਜਪਦਾ? ਕੀ ਸੋਚਾਂ ਸੋਚੀ ਜਾਂਦਾ? ਕੀ ਸਲਾਹਾਂ ਕਰੀ ਜਾਂਦਾ? ਸਲਾਹਾਂ ਕਿਹੜੀਆਂ? ਸਲਾਹਾਂ ਤਾਂ ਕਰੇ ਜੇ ਸਮਾਂ ਹੋਵੇ। ਸਮਾਂ ਹੈ ਕੋਈ ਨਹੀਂ, ਕੋਈ ਸਮਾਂ ਨਹੀਂ ਹੈ ਦਿੱਤਾ ਮਹਾਰਾਜ ਜੀ ਨੇ, ਬਾਣੀ ਵਿੱਚ ਸਾਫ਼ ਕਹਿ ਦਿੱਤਾ। ਇੱਕ ਸਵਾਸ ਦੀ ਵੀ ਗਰੰਟੀ ਨਹੀਂ ਦਿੰਦੇ ਮਹਾਰਾਜ ਜੀ। ਜੇ ਸਮਾਂ ਕੋਈ ਨਹੀਂ ਹੈ ਫਿਰ ਸਲਾਹਾਂ ਕਾਹਦੀਆਂ? ਫਿਰ ਕਿਉਂ ਕਹਿਣਾ ਵੀ ਮੈਂ ਜਪੂੰਗਾ ਜੀ, ਮੈਂ ਜਪੂੰਗਾ ਜੀ, ਮੈਂ ਆਹ ਕੰਮ ਕਰ ਲਾਂ, ਮੈਂ ਆਹ ਕਰ ਲਾਂ। ਅਜੇ ਜਵਾਨੀ ਹੈ, ਥੋੜ੍ਹਾ ਜਿਹਾ ਆਹ ਕੰਮ ਕਾਰ ਜੇ ਹੋ ਜਾਣ, ਆ ਵਿਆਹ ਜਿਹਾ ਹੋ ਜਾਵੇ, ਬੱਚੇ ਜੇ ਹੋ ਜਾਣ। ਬੱਚੇ ਹੋ ਗਏ, ਹੁਣ ਬੱਚਿਆਂ ਤੋਂ ਬਾਅਦ ਫਿਰ ਚੱਕਰ, ਫਿਰ ਚੱਕਰ, ਫਿਰ ਇਹ ਚੱਕਰ 'ਚੋਂ ਤਾਂ ਨਿਕਲੇ ਹੀ ਨਹੀਂ ਹੋਣਾ। ਫਿਰ ਤਾਂ ਉਹ ਗੱਲ ਆ ਗਈ, ਅਮਰੀਕ ਸੋਹਣੀ ਧਾਰਨਾ ਪੜ੍ਹਦੇ ਹੁੰਦੇ ਸੀ, ਉਹ ਦਿਨ ਕਦੋਂ ਆਉਣਗੇ ਜਦ ਤੂੰ ਨਾਮ ਜਪੇਂਗਾ। ਉਹ ਦਿਨ ਕਦੋਂ ਆਉਣਗੇ ਜਦ ਤੂੰ ਨਾਮ ਜਪੇਂਗਾ। ਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਮ ਦਿਆਂ ਤੇਰਾ ਕੋਈ ਨਾ ਬੇਲੀ ਰਾਮ।
ਕੋਈ ਨਾ ਬੇਲੀ ਹੋਏ ਤੇਰਾ ਸਦਾ ਪੱਛੋ ਤਾਵਹੇ। ਗੁਣ ਗੋਪਾਲ ਨਾ ਜਪੈ ਰਸਨਾ ਫਿਰ ਕਦੋਂ ਸੇਦੇ ਆਵੇ। ਕਿਹੜੇ ਦਿਨ ਆਉਣਗੇ ਫਿਰ? ਉਹ ਦਿਨ ਆਉਣੇ ਹੀ ਨਹੀਂ ਆਉਣੇ। ਜੇ ਤੂੰ ਕੱਲ੍ਹ 'ਤੇ ਛੱਡਦਾ ਕੰਮ ਫਿਰ ਕੱਲ੍ਹ ਨਾਮ ਕਾਲ ਦਾ ਹੈ, ਕੱਲ੍ਹ ਕਦੇ ਕਿਸੇ ਨੂੰ ਆਇਆ ਨਹੀਂ। ਕਬੀਰ ਸਾਹਿਬ ਨੇ ਤਦੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਕਾਲ ਕਰੰਤਾ ਅਵੈ ਕਰ, ਜਿਹੜਾ ਤੂੰ ਕੱਲ੍ਹ ਨੂੰ ਕਹਿਣਾ ਨਾ ਅੱਜ ਹੀ ਕਰ। ਉਹ ਅਵ ਕਰਤਾ ਸੋਇਤਾਰ, ਜਿਹੜਾ ਅੱਜ ਕਰਨਾ ਹੁਣੇ ਹੀ ਸ਼ੁਰੂ ਕਰ ਦੇ, ਨਹੀਂ ਤਾਂ ਪਾਛੇ ਕਛੂ ਨਾ ਹੋਏ ਗੋ। ਜੋ ਸਿਰ ਪਰ ਆਵੇ ਕਾਲ, ਜਦੋਂ ਕਾਲ ਨੇ ਡਾਂਕਾ ਵਜਾਤਾ ਨਾ, ਕਾਲ ਬਿਆਲ ਜਿਉਂ ਪਰਿਓ ਡੋਲੇ ਮੁੱਖ ਪਸਾਰੇ ਮੀਤ, ਕੀ ਕਰੂਗਾ ਉਹ? ਆਜ ਕਾਲ ਅੱਜ ਜਾਂ ਕੱਲ੍ਹ, ਬਸ ਦੋ ਹੀ ਦਿਨ ਨੇ, ਖਾ ਜਾਣਾ ਉਹਨੇ ਸੱਪ ਨੇ। ਆਜ ਕਾਲ ਹੁਣ ਤੋਹੇ ਗ੍ਰਥ ਹੈ, ਤੇਰੀ ਗ੍ਰਾਹੀ ਕਰ ਲੈਣੀਆਂ ਉਹਨੇ, ਸਮਝ ਰੱਖੋ ਚੀਤ। ਇਹਦਾ ਮਤਲਬ ਕੋਈ ਪਤਾ ਨਹੀਂ, ਫਿਰ ਤੇਰੀ ਇਹ ਸਲਾਹਾਂ ਦਾ ਫਾਇਦਾ ਕੀ? ਸੋ ਇਸ ਕਰਕੇ ਕਰ ਸਭ ਕੁਛ ਸਕਦਾ ਬੰਦਾ, ਮਹਾਰਾਜ ਜੀ ਵਚਨ ਕਰਦੇ ਹੁੰਦੇ। ਇਹ ਬੰਦਾ ਨਰਕਾਂ ਦਾ ਕੀੜਾ ਵੀ ਬਣ ਸਕਦਾ ਇਹੋ ਜਿਹੇ ਕਰਮ ਕਰਕੇ, ਅਤੇ ਇਹ ਬੰਦਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੀ ਪਦਵੀ ਪਾ ਕੇ ਵਿਸ਼ਨੂੰ ਦੀ ਪਦਵੀ ਤੋਂ ਵੀ ਉੱਚਾ ਰੱਬ ਵੀ ਬਣ ਸਕਦਾ ਹੈ, ਇੰਨੀ ਸਮਰੱਥਾ ਹੈ ਇਹਦੇ ਵਿੱਚ। ਫਿਰ ਆਪਾਂ ਦੂਸਰੇ ਵਚਨ 'ਤੇ ਪਹਿਰਾ ਦਈਏ ਨਾ, ਬਈ ਰੱਬ ਬਣੀਏ ਆਪਾਂ, ਗੁਰਬਾਣੀ ਬਣੀਏ, ਗੁਰਬਾਣੀ ਦਾ ਰੂਪ ਹੋ ਜਾਈਏ, ਹਰੀ ਦਾ ਰੂਪ ਹੋ ਜਾਈਏ। ਜਿਨ ਹਰ ਜਪਿਆ ਸੇ ਹਰ ਹੋਏ, ਹੋ ਗਏ ਸੀ ਮਹਾਰਾਜ ਜੀ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ, ਬ੍ਰਹਮ ਗਿਆਨੀ ਆਪ ਪਰਮੇਸ਼ਰ, ਨਾਨਕ ਸਾਧ ਪ੍ਰਭ ਭੇਦ ਨਾ ਭਾਈ, ਸੰਤਨ ਕੋ ਮਤ ਕੂ ਨਿੰਦੋ, ਸੰਤ ਰਾਮ ਹੈ ਇੱਕੋ, ਸੰਤ ਰਾਮ ਹੈ ਭੇਦ ਕਿਛ ਨਾਹੀ, ਕੋਈ ਭੇਦ ਹੀ ਨਹੀਂ ਰਿਹਾ, ਹੋਏ ਹੀ ਨੇ ਨਾ ਸਾਹਮਣੇ, ਆਪਾਂ ਦਰਸ਼ਨ ਕੀਤੇ ਨੇ ਜਿਹੜੇ ਹੋ ਚੁੱਕੇ ਸਨ, ਫਿਰ ਉਹਨਾਂ ਤੋਂ ਸੇਧ ਆਪਾਂ ਕੀ ਲੈਣੀ ਨਹੀਂ ਚਾਹੀਦੀ ਆਪਾਂ ਨੂੰ? ਉਹ ਜੀਵਨ ਜਾਚ ਸਿਖਾਉਂਦੇ ਰਹੇ ਆਪਾਂ ਨੂੰ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁ ਫੱਕੜੇ ਸਭ ਮੁਕਦੀ ਚੱਲੀ ਰਹਿਣ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਰ ਕੀ ਵੇਲਾ। ਸਮਝਾਉਂਦੇ ਰਹੇ ਆ ਵੇਲਾ ਹੈ, ਈਹਾਂ ਖਾਟ ਚਲੋ ਹਰ ਲਾਹਾ, ਆਗੈ ਅੱਗੇ ਪਰਲੋਕ ਵਿੱਚ ਆਗੈ ਵਸਣ ਸੁਹੇਲਾ, ਨਹੀਂ ਤਾਂ ਔਲ ਘਟੈ। ਉਮਰ ਤਾਂ ਘੱਟ ਹੀ ਰਹੀ ਹੈ, ਉਮਰ ਤਾਂ ਰੋਜ਼ ਘੱਟਦੀ ਹੈ, ਔਲ ਘਟੈ ਦਿਨ ਸਰੈ ਨਾਰੇ, ਰੋਜ਼ ਘੱਟ ਰਹੀ ਹੈ, ਫੂਟੇ ਘੱਟ ਜਾਓ ਪਾਣੀ। ਕਿੰਨੇ ਦ੍ਰਿਸ਼ਟਾਂਤ ਦਿੱਤੇ ਨੇ ਮਹਾਰਾਜ ਜੀ ਨੇ, ਛਿਣ ਛਿਣ ਔਧ ਵਿਹਾਤ ਹੈ, ਉਮਰ ਜਾ ਰਹੀ ਹੈ ਫੁੱਟੇ ਹੋਏ ਘੜੇ ਵਾਂਗੂ, ਉਹਦਾ ਪਾਣੀ ਨਿਕਲ ਗਿਆ, ਇੱਕ ਦੋ ਤਿਵਕਾ ਤੁਵਕਾ ਹੀ ਚਾਹੇ ਡਿੱਗਦਾ, ਆਖਰ ਤਾਂ ਖਾਲੀ ਹੋ ਜਾਂਦਾ ਨਾ। ਇਸੇ ਤਰ੍ਹਾਂ ਇਹ ਘੜੇ, ਸਰੀਰ ਰੂਪੀ ਘੜੇ ਦੇ ਵਿੱਚ ਸਵਾਸਾਂ ਰੂਪੀ ਪਾਣੀ ਪਾਇਆ, 24,000 ਜਿਹੜੇ ਨਿਕਲ ਜਾਂਦੇ ਨੇ ਰੋਜ਼, ਉਹ ਘੜੇ ਦੇ ਵਿੱਚ ਤੇੜ ਆਈ ਹੈ,
24,000 ਰੋਜ਼ ਨਿਕਲ ਜਾਂਦਾ ਨਾਮ ਜਪਣ ਕੋ ਜੇਬਾ ਦੀਨੀ ਹਰ ਦਰਸ਼ਨ ਕੋ ਅੱਕੀ ਇੱਕ ਇੱਕ ਸਵਾਸ ਅਮੋਲਕ ਜਾਵੇ ਹੱਥ ਨਾ ਆਵੇ ਲੱਖੀ ਲੱਖਾਂ ਨੂੰ ਵੀ ਨਹੀਂ ਮਿਲਦਾ ਇਹ 24,000 ਖਰਚ ਬੰਦੇ ਦਾ ਵਾਧਾ ਮੂਲ ਨਾ ਥੀਵੇ ਜਿਸ ਬੰਦੇ ਕੋ ਇਤਨਾ ਘਾਟਾ ਸੋ ਬੰਦਾ ਕਿਵੇਂ ਜੀਵੇ ਇੰਨਾ ਘਾਟਾ ਵੀ ਲੈ ਆਪਾਂ ਪਾ ਕੇ ਵੀ ਇੰਨੇ ਘਾਟੇ ਵਿੱਚ ਜਾ ਕੇ ਵੀ ਫਿਰ ਵੀ ਆਪਾਂ ਬੜੇ ਮਸਤ ਫਿਰਦੇ ਹਾਂ ਦੁਨੀਆਂ ਦੇ ਵਿੱਚ ਵੀ ਪਤਾ ਨਹੀਂ ਕੀ ਮਿਲ ਗਿਆ ਕੁਛ ਨਹੀਂ ਮਿਲਿਆ ਹਾਂ ਜੇ ਤੂੰ ਅੰਮ੍ਰਿਤ ਛੱਕ ਕੇ ਬਾਣੀ ਪੜ੍ਹਦਾ ਦਿਨ ਰਾਤ ਆਨੰਦ ਮਾਣਦਾ ਫਿਰ ਤਾਂ ਖੁਸ਼ੀ ਸਮਝ ਆਉਂਦੀ ਹੈ ਫਿਰ ਤਾਂ ਹੈ ਚੜ੍ਹਦੀ ਕਲਾ ਅਤੇ ਜੇ ਐਵੇਂ ਦੁਨੀਆਂ ਦੇ ਵਿੱਚ ਮਸਤ ਹੋ ਕੇ ਤੂੰ ਖਪਖਾਨੇ ਵਿੱਚ ਮਸਤ ਹੁੰਦਾ ਆਪਣੇ ਆਪ ਨੂੰ ਸਮਝਦਾ ਹੈ ਵੀ ਮੈਂ ਬਹੁਤ ਕੁਛ ਕਰੀ ਜਾਂਦਾ ਕੁਛ ਵੀ ਨਹੀਂ ਕਰ ਰਿਹਾ ਬਰਬਾਦੀ ਹੋ ਰਹੀ ਹੈ ਤੂੰ ਤਾਂ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਆਪਣੇ ਹੱਥਾਂ ਨਾਲ ਆਪਣੇ ਹੀ ਪੈਰ ਵੱਢੀ ਜਾਂਦਾ ਮਹਾਰਾਜ ਜੀ ਧਾਰਨਾ ਪੜ੍ਹਦੇ ਹੁੰਦੇ ਆਪਾਂ ਵੀ ਪੜ੍ਹ ਲੈਂਦੇ ਹਾਂ ਤੈਂ ਤਾਂ ਚੱਕ ਕੇ ਕੁਹਾੜਾ ਪੈਰ ਮਾਰਿਆ ਆਪਣੇ ਹੱਥੀਂ ਆਪ ਗਾਫਲਾ ਤੈਂ ਤਾਂ ਚੱਕ ਕੇ ਕੁਹਾੜਾ ਪੈਰ ਮਾਰਿਆ ਆਪਣਾ ਹੱਥੀਂ ਆਪ ਗਾਫਲਾ ਤੈਂ ਤਾਂ ਚੱਕ ਕੇ ਕੁਹਾੜਾ ਬਾਵਰੇ ਤੈਂ ਕਾਜ ਵਿਗਾਰਿਓ ਤੂੰ ਆਪਣਾ ਕਾਰਜ ਆਪ ਹੀ ਵਿਗਾੜੀ ਜਾਂਦਾ ਤੈਨੂੰ ਸਮਝ ਨਹੀਂ ਆਉਂਦੀ ਤੂੰ ਦੂਜੇ ਨਾਲ ਧੋਖਾ ਕਰਕੇ ਖੁਸ਼ ਬੜਾ ਹੁੰਦਾ ਵੀ ਮੈਂ ਉਹਦੇ ਨਾਲ ਬੜੀ 400 ਵੀ ਕੀਤੀ ਪਰ ਨਹੀਂ ਉਹਦੇ ਨਾਲ ਨਹੀਂ ਧੋਖਾ ਕੀਤਾ ਤੂੰ ਆਪਣੇ ਆਪ ਨਾਲ ਧੋਖਾ ਕਰ ਲਿਆ ਭੁਲੇਖਾ ਤੈਨੂੰ ਪੈ ਗਿਆ ਵੀ ਉਹਦੇ ਨਾਲ ਕੀਤਾ ਮੈਂ ਬੜਾ ਜੀ 400 ਵੀ ਗੱਲਾਂ ਬਾਤਾਂ ਕਰਕੇ ਉਹਨੂੰ ਗੱਲਾਂ ਵਿੱਚ ਲੈ ਲਿਆ ਅਤੇ ਮੈਂ ਉਹਦੇ ਨਾਲ ਫਿਰ ਉਦੋਂ ਉਹ ਤੋਂ ਮੈਂ ਇਸ ਤਰ੍ਹਾਂ 420 ਕਰਕੇ ਆਇਆ ਉਹਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਇਹ ਤੇਰੀ ਆਪਣੀ ਕਮਜ਼ੋਰੀ ਹੈ ਆਪਣੇ ਆਪ ਨੂੰ ਤੂੰ ਸੰਭਾਲ ਜਰਾ ਸਮਾਂ ਲੰਘ ਰਿਹਾ ਹੈ ਸ਼ਮਾਂ ਬੁਝਣੇ ਲੱਗੀ ਆਖਰੀ ਸਮਾਂ ਆਉਣ ਵਾਲਾ ਹੈ ਸ਼ਮਾਂ ਬੁਝਣੇ ਲੱਗੀ ਮਹਿਫਲ ਮੇਂ ਰੰਗ ਆਇਆ ਜ਼ਿੰਦਗੀ ਗੁਜ਼ਰਨੇ ਲੱਗੀ ਜੀਨੇ ਕਾ ਢੰਗ ਆਇਆ ਚਲੋ
ਅਜੇ ਵੀ ਜੇ ਢੰਗ ਆ ਜਾਏ ਨਾ, ਹਾਲਾਂਕਿ ਆਖਰੀ ਦਮ ਤਾਂ ਪਤਾ ਕੋਈ ਨਹੀਂ ਕਦੋਂ ਆ ਜਾਣਾ। ਕੋਈ ਜ਼ਰੂਰੀ ਨਹੀਂ ਵੀ ਬੱਚੇ ਨੂੰ ਨਹੀਂ ਆਉਣਾ ਜਾਂ ਜਵਾਨ ਨੂੰ ਨਹੀਂ ਆਉਣਾ ਜਾਂ ਬੁੱਢੇ ਨੂੰ ਹੀ ਆਉਣਾ, ਐਸੀ ਤਾਂ ਕੋਈ ਗੱਲ ਨਹੀਂ। ਪਰ ਉਹ ਸਮਾਂ ਜੇ ਆ ਹੀ ਜਾਣਾ ਫਿਰ ਉਦੋਂ ਪਹਿਲਾਂ ਪਹਿਲਾਂ ਇੱਕ ਛੋਟੀ ਜੀ ਦ੍ਰਿਸ਼ਟਾਂਤ ਨਾਲ ਸਮਝ ਆ ਜਾਏ, ਗੱਲ ਸਪਸ਼ਟ ਹੋ ਜਾਵੇ। ਜਿਸ ਤਰ੍ਹਾਂ ਖੂਹਾਂ ਵਿੱਚ ਲੱਜਾਂ ਹੁੰਦੀਆਂ ਸਨ, ਹੁਣ ਤਾਂ ਨਹੀਂ ਹਨ, ਉਧਰਲੇ ਇਲਾਕੇ ਵਿੱਚ ਹਨਗੀਆਂ। ਅਜੇ MP UP ਵਿੱਚ ਆਈਏ, ਉੱਧਰ ਅਜੇ ਲੱਜਾਂ ਨਾਲ ਹੀ ਪਾਣੀ ਕੱਢਦੇ ਨੇ, ਉਸੇ ਤਰ੍ਹਾਂ ਹੀ ਕੱਢਦੇ ਹਨ। ਸਾਰੀਆਂ ਵਿਚਾਰੀਆਂ ਲੜਕੀਆਂ 15-15 20-20 ਇੱਕੋ ਖੂਹ 'ਤੇ ਜਾ ਕੇ, ਕਿਉਂਕਿ ਉੱਧਰ ਗਰੀਬੀ ਬੜੀ ਹੈ, ਅਤੇ ਉਹ ਘੜੇ ਭਰ ਭਰ ਲਿਆਉਂਦੀਆਂ ਹਨ, ਅਤੇ ਉਹ ਖੂਹ ਦੇ ਵਿੱਚ ਲੱਜ ਸਿੱਟ ਦਿੱਤੀ ਜਾਂਦੀ, ਡੋਲ ਸਿੱਟ ਦਿੱਤਾ ਜਾਂਦਾ। ਇੱਕ ਗਿੱਠ ਲੱਜ ਨੂੰ ਘੁੱਟ ਕੇ ਫੜ ਲੈਂਦੇ, ਇੱਕ ਗਿੱਠ ਲੱਜ ਜੇ ਹੱਥ ਵਿੱਚ ਹੈ ਉਹਦੀ ਸਮਰੱਥਾ ਹੈ, ਇੱਕ ਗਿੱਠ ਲੱਜ ਨੇ ਸਾਰੀ ਲੱਜ ਨੂੰ ਪਾਣੀ ਸਮੇਤ ਡੋਲ ਨੂੰ ਬਾਹਰ ਕੱਢ ਲੈਣਾ। ਪਰ ਰੱਬ ਨਾ ਕਰੇ ਉਹ ਇੱਕ ਗਿੱਠ ਲੱਜ ਵੀ ਹੱਥੋਂ ਚਲੇ ਗਈ, ਸਭ ਕੁਛ ਗਿਆ। ਇੱਕ ਗਿੱਠ ਲੱਜ ਹੈ ਜਿੰਨਾ ਕੁ ਸਮਾਂ ਆਪਣੇ ਪਾਸ ਹੈ, ਇਹ ਵਾਹਿਗੁਰੂ ਜਾਣੇ ਇੱਕ ਘੰਟਾ ਹੈ ਕਿ ਇੱਕ ਦਿਨ ਹੈ ਕਿ ਇੱਕ ਸਾਲ ਹੈ ਕਿ 20-25-30 ਸਾਲ ਨੇ, ਇਹ ਵਾਹਿਗੁਰੂ ਜਾਣੇ। ਪਰ ਜਿੰਨਾ ਵੀ ਹੈ ਇਹ ਇੱਕ ਗਿੱਠ ਲੱਜ ਹੀ ਸਮਝ ਇਹਨੂੰ, ਬਸ ਇਹ ਇੱਕ ਗਿੱਠ ਲੱਜ ਨਾਲ ਤੂੰ ਗਿਆ ਗੁਜ਼ਰਿਆ ਸਮਾਂ ਵੀ ਜਿਹੜਾ ਮਾੜੇ ਕਰਮਾਂ ਵਿੱਚ ਤੈਨੂੰ ਪਤਾ ਹੀ ਨਹੀਂ ਸੀ, ਅਗਿਆਨਤਾ ਬਸ ਹੋ ਕੇ ਤੂੰ ਮਨਮਤ ਕਰਦਾ ਰਿਹਾ, ਮਾੜੇ ਕਰਮ ਕਰਦਾ ਰਿਹਾ, ਕੋਈ ਗੱਲ ਨਹੀਂ, ਇੱਕ ਗਿੱਠ ਲੱਜ ਸਾਰੀ ਲੱਜ ਨੂੰ ਬਾਹਰ ਕੱਢ ਸਕਦੀ ਹੈ, ਤੇਰੀ ਗਈ ਗੁਜ਼ਰੀ ਉਮਰ ਵੀ ਲੇਖੇ ਵਿੱਚ ਪੈ ਸਕਦੀ ਹੈ ਜੇ ਤੂੰ ਇਹ ਸਮੇਂ ਨੂੰ ਸੰਭਾਲ ਲਵੇਂ। ਬਸ ਸਮੇਂ ਨੂੰ ਕਰ ਸਫਲ, ਇਹ ਲੰਘਿਆ ਜਾਮਦਾ, ਇਹ ਠਹਿਰਨ ਜਾਚ ਨਾ ਜਾਮਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਈਹਾਂ ਖਾੜ ਚਲੋ ਹਰ ਲਾਹਾ, ਆਗੈ ਵਸਨ ਸੁਹੇਲਾ। ਔਦ ਘਟੈ ਉਮਰ ਘਟ ਰਹੀ ਹੈ, ਦਿਨ ਸਰੈ ਨਾਰੇ। ਮਨ ਨੂੰ ਉਪਦੇਸ਼ ਕੀਤਾ ਮਹਾਰਾਜ ਜੀ ਨੇ ਵੀ ਗੁਰੂ ਨੂੰ ਮਿਲ ਕੇ ਤੂੰ ਕਾਜ ਸਵਾਰ ਲੈ, ਬਸ ਇੱਕੋ ਹੀ ਯੁਗਤੀ ਹੈ, ਇਦੋਂ ਬਿਨਾਂ ਹੋਰ ਕੋਈ ਰਸਤਾ ਹੀ ਨਹੀਂ, ਤੂੰ ਇਕੱਲਾ ਟੱਕਰਾਂ ਮਾਰੀ ਜਾਈਂ ਕੁਛ ਨਹੀਂ ਬਣਨਾ, ਗੁਰੂ ਦੇ ਨਾਲ ਸਹਿਜੇ ਹੀ ਤੇਰਾ ਕਾਰਜ ਸਿਰੇ ਚੜ ਜਾਏਗਾ। ਗੁਰਮਿਲ ਕਾਜ ਸਵਾਰੇ ਮਨ, ਗੁਰਮਿਲ ਕਾਜ ਸਵਾਰੇ, ਗੁਰਮਿਲ ਕਾਜ ਸਵਾਰੇ ਮਨ, ਗੁਰਮਿਲ ਕਾਜ ਆਉਂਦੇ ਕਰਤਾ
ਸਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ। ਗੁਰੂ ਨੂੰ ਮਿਲ ਕੇ ਹੀ ਤੇਰਾ ਕਾਰਜ ਸਿਰੇ ਚੜ੍ਹਨਾ, ਨਹੀਂ ਤਾਂ ਵਾਹਿਗੁਰੂ ਡੁੱਬਾ ਸੰਸਾਰ। ਗੁਰੂ ਤੋਂ ਬਿਨਾਂ ਸੰਸਾਰ ਤਾਂ ਡੁੱਬ ਰਿਹਾ ਹੈ। ਆਪਾਂ ਕਰਨ ਵਾਲਿਆਂ ਸੰਗਤ ਵੱਡੇ ਮਹਾਰਾਜ ਜੀ ਦੀ ਵੀ ਕੀਤੀ, ਛੋਟੇ ਮਹਾਰਾਜ ਜੀ ਦੀ ਵੀ ਕੀਤੀ, ਜੈਦਾਰ ਮਹਾਰਾਜ ਜੀ ਦੀ ਵੀ ਸੰਗਤ ਕੀਤੀ ਅਤੇ ਬਾਬਾ ਤੇਜਾ ਸਿੰਘ ਮਹਾਰਾਜ ਜੀ ਦੀ ਵੀ ਸੰਗਤ ਕੀਤੀ ਅਤੇ ਇੰਨੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਅਤੇ ਆਪਾਂ ਨੂੰ ਸੋਝੀ ਤਾਂ ਆ ਹੀ ਗਈ ਨਾ। ਬਸ ਹੁਣ ਤਾਂ ਹੈ ਵੀ ਲੱਕ ਬੰਨ੍ਹ ਕੇ ਦਿਨ ਰਾਤ ਇੱਕ ਕਰ ਦਿਓ। ਦਿਨ ਰਾਤ ਇੰਨੀ ਤੜਫ ਹੋਵੇ ਮਨ ਵਿੱਚ, ਕਿਸੇ ਨਾਲ ਵਾਧੂ ਗੱਲ ਕਰਨ ਦੀ ਕੋਈ ਲੋੜ ਨਹੀਂ, ਐਵੇਂ ਕੂੜ ਕਬਾੜ ਇਕੱਠਾ ਕਰਨ ਦੀ ਕੋਈ ਲੋੜ ਨਹੀਂ। ਜਦੋਂ ਸਮਾਂ ਹੋਵੇ ਥੋੜ੍ਹਾ ਪੈਂਦਾ ਹੋਵੇ ਜ਼ਿਆਦੇ, ਫਿਰ ਪੂਰਾ ਜ਼ੋਰ ਲਾ ਕੇ ਭੱਜਣਾ ਪੈਂਦਾ ਹੈ। ਬਸ ਸਮਾਂ ਪਤਾ ਨਹੀਂ ਕਿੰਨਾ ਕੁ ਹੈ, ਬਹੁਤ ਥੋੜ੍ਹਾ ਕਹਿ ਲਓ, ਔਰ ਮੰਜ਼ਿਲ ਬੜੀ ਦੂਰ ਹੈ। ਇਹਦਾ ਮਤਲਬ ਲੱਕ ਬੰਨ੍ਹ ਕੇ ਫਿਰ ਲੱਗੇ ਰਹੋ ਨਾ। ਹੁਣ ਤਾਂ ਜ਼ੋਰ ਲਾਉਣਾ ਪਊਗਾ ਬਈ। ਬਹੁਤ ਸਾਰੇ ਪਾਸਿਓਂ ਫਜ਼ੂਲ ਗੱਲਾਂ ਬਾਤਾਂ ਗੱਪ ਛੱਪ ਬੀਬੀਆਂ ਪ੍ਰਸ਼ਾਦੇ ਬਣਾਉਂਦੀਆਂ ਨੇ, ਉਦੋਂ ਵੀ ਵਾਹਿਗੁਰੂ ਵਾਹਿਗੁਰੂ। ਕਲਕੱਤੇ ਗਏ, ਦੋ ਪ੍ਰੇਮੀ ਸਨ ਵੱਡੀ ਪੋਸਟ ਦੇ ਉੱਪਰ, ਉਹ ਮਹਾਰਾਜ ਜੀ ਜਸਦਾਰ ਮਹਾਰਾਜ ਉੱਥੇ ਰਹੇ ਸਨ ਉਹਨਾਂ ਦੇ ਘਰੇ, ਅਤੇ ਉਹ ਹਰ ਵੇਲੇ ਜਦੋਂ ਵੀ ਸਾਡੇ ਕੋਲ ਗੱਲਬਾਤ ਕਰਦੇ, ਇੱਕ ਅੱਧਾ ਮਿੰਟ ਗੱਲ ਕਰਨੀ, ਉੱਚੀ ਉੱਚੀ ਉਹਨਾਂ ਨੇ ਤੁਰੇ ਫਿਰਦਿਆਂ ਵਾਹਿਗੁਰੂ 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 ਵਾਹਿਗੁਰੂ। ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਹਰ ਵੇਲੇ, ਕਹਿੰਦੀ ਅਸੀਂ ਤਾਂ ਜਦੋਂ ਨੌਕਰੀ 'ਤੇ ਉੱਥੇ ਬੈਠੇ ਹੁੰਦੇ ਹਾਂ ਦਫ਼ਤਰ ਵਿੱਚ, ਉਦੋਂ ਜਦੋਂ ਕੰਮ ਕਰਨਾ ਕਰ ਲਿਆ, ਕਰਨ ਤੋਂ ਬਾਅਦ ਦੋ ਕੁ ਮਿੰਟ ਵਿਹਲੇ ਮਿਲੇ, ਅਸੀਂ ਉੱਚੀ ਉੱਚੀ ਫੇਰ ਅਸੀਂ ਨਹੀਂ ਪਰਵਾਹ ਕਰਦੇ ਵੀ ਲੋਕ ਕਹਿਣਗੇ ਪਖੰਡ ਕਰਦੇ ਨੇ, ਅਸੀਂ ਤਾਂ ਆਪਦਾ ਰੱਟ ਲਾਈ ਰੱਖਦੇ ਹਾਂ ਵਾਹਿਗੁਰੂ ਵਾਹਿਗੁਰੂ। ਸਾਨੂੰ ਪਤਾ ਹੈ ਵੀ ਇਹ ਜਿੰਨਾ ਧਨ ਇਕੱਠਾ ਕਰ ਲਾਂਗੇ ਓਨਾ ਥੋੜ੍ਹਾ ਹੈ। ਬਸ ਗੱਡੀ ਚਲਾਉਂਦੇ ਹਾਂ, ਆਟਾ ਗੁੰਨਦੀਆਂ ਬੀਬੀਆਂ ਪ੍ਰਸ਼ਾਦੇ ਪਕਾਉਂਦੀਆਂ, ਕਿਉਂ ਗੱਪਾਂ ਮਾਰਦੀਆਂ ਨੇ, ਕਿਉਂ ਨਿਆਣਿਆਂ ਨੂੰ ਕੁੱਟੀ ਜਾਂਦੀਆਂ, ਨਾਲੇ ਗਾਲਾਂ ਕੱਢੀ ਜਾਂਦੀਆਂ, ਕੀ ਫਾਇਦਾ? ਸਮੇਂ ਨੂੰ ਬਰਬਾਦ ਨਾ ਕਰਨਾ, ਸਮੇਂ ਨੂੰ ਬਹੁਤ ਸੰਕੋਚ ਨਾਲ ਵਰਤਣਾ। ਦਮ ਦਮ ਸਦਾ ਸੰਭਾਲਦਾ, ਦਮ ਨਾ ਵਿਰਥਾ ਜਾਏ, ਇੱਕ ਇੱਕ ਦਮ ਨੂੰ ਸੰਭਾਲ ਕੇ ਵਰਤਣਾ, ਕਿਤੇ ਐਵੇਂ ਨਾ ਚੱਲਿਆ ਜਾਵੇ ਜਿਵੇਂ ਫਰੀਦ ਸਾਹਿਬ ਜੀ ਕਿਤੇ ਲੰਘ ਰਹੇ ਨੇ। ਇੱਕ ਸੇਠ ਵਿਚਾਰਾ ਬੜਾ ਦੁਖੀ ਜਿਹਾ ਹੈ ਅਤੇ ਉਹ ਪੁੱਛ ਬੈਠੇ, ਸੇਠ ਜੀ ਕੀ ਗੱਲ ਆ, ਲੋਕ ਵੀ ਔਖੇ ਜਿਹੇ ਨੇ, ਤੂੰ ਵੀ ਬੜਾ, ਕੀ ਗੱਲ, ਕੀ ਘਾਟਾ ਪੈ ਗਿਆ, ਕਾਹਦੀ ਗੱਲ ਹੈ? ਫਕੀਰ ਸਾਈਂ, ਆ ਮੈਂ ਕੁਛ ਤਿਲ ਇਕੱਠੇ ਕੀਤੇ ਸਨ, ਕੋਠਾ ਭਰਿਆ ਸੀ ਤਿਲਾਂ ਦਾ। ਮੈਂ ਕਿਹਾ ਵੀ ਕਿਤੇ ਕਾਲ ਪੈ ਜੇ, ਰੱਬ ਨਾ ਕਰੇ ਇਹੋ ਜਿਹੀ ਕੋਈ ਗੱਲ ਹੋ ਜੇ ਅਤੇ ਗਰੀਬਾਂ ਨੂੰ ਵੰਡ ਦਿਆਂਗੇ। ਇਹੀ ਜਿਹੀ ਗੱਲ ਹੋ ਗਈ ਹੁਣ, ਪਿਛਲੇ ਸਾਲ ਮੀਂਹ ਨਹੀਂ ਪਿਆ, ਕਾਲ ਪੈ ਗਿਆ, ਮੈਂ ਵੱਡੇ ਵੱਡੇ ਬੁੱਕ ਭਰ ਕੇ ਵੰਡ 'ਤੇ ਆਹ ਵਿਚਾਰੇ ਰਹਿ ਗਏ।
ਰੀਤ ਸਾਹਿਬ ਜੀ ਕਹਿੰਦੇ ਫਿਰ ਥੋੜ੍ਹਾ ਸੰਕੋਚ ਨਾਲ ਵਰਤ ਲੈਂਦਾ, ਇਹਨਾਂ ਦਾ ਵੀ ਸਰ ਜਾਂਦਾ। ਉਹ ਇੱਕ ਇਸ਼ਾਰਾ ਸੀ, ਜਿਵੇਂ ਸਰੀਰ ਰੂਪੀ ਕੋਠੇ ਦੇ ਵਿੱਚ ਜਿਹੜੇ ਸਵਾਸ ਨੇ ਤਿਲਾਂ ਦੀ ਤਰ੍ਹਾਂ ਹਨ, ਇਹਨਾਂ ਨੂੰ ਐਵੇਂ ਬੁੱਕ ਭਰ ਭਰ ਕੇ ਗੱਪਾਂ ਛੱਪਾਂ ਵਿੱਚ ਨਾ ਲੁਟਾਈ ਜਾਓ। ਬਹੁਤ ਹਰ ਵੇਲੇ ਮਹਾਂਪੁਰਸ਼ ਥੋੜ੍ਹਾ ਖਾਣਾ ਥੋੜ੍ਹਾ ਸੌਣਾ, ਮਹਾਰਾਜ ਬਚਨ ਕਰਦੇ ਹੁੰਦੇ, ਥੋੜ੍ਹਾ ਖਾਣਾ ਥੋੜ੍ਹਾ ਸੌਣਾ ਥੋੜ੍ਹਾ ਬੋਲਣਾ ਇਕਾਂਤ ਰਹਿਣਾ। ਮਹਾਰਾਜ ਜੀ ਨੂੰ ਤਾਂ ਬਹੁਤ ਦੇਖਿਆ ਸੀ ਨੇੜੇ ਹੋ ਕੇ, ਇੱਕ ਵਾਰ ਢਿੱਲੇ ਹੋ ਗਏ ਮਹਾਰਾਜ ਜੀ। ਭਾਈ ਅਮਰੀਕ ਸਿੰਘ ਉਹਨਾਂ ਨੂੰ ਕਹਿਤਾ ਮਾਸਟਰ ਜੀ ਨੇ, ਅੱਜ ਤੂੰ ਇੱਥੇ ਨੇੜੇ ਮਹਾਰਾਜ ਦੇ ਰਹਿਣਾ। ਆਪ ਢਿੱਲਾ ਸੀ ਉਹ, ਮਹਾਰਾਜ ਜੀ ਵੀ ਥੋੜ੍ਹੇ ਢਿੱਲੇ ਸਨ। ਭਾਈ ਅਮਰੀਕ ਸਿੰਘ ਕਹਿੰਦਾ ਵੀ ਮੈਂ ਬਰਾਂਡੇ ਵਿੱਚ ਬੈਠਾ ਸੀ, ਮਹਾਰਾਜ ਜੀ ਵਿਚਾਲੇ ਜਿੱਥੇ ਪਲੰਘ ਹੁਣ ਪਲੰਘ ਲੱਗਿਆ, ਆਪਾਂ ਨਮਸਕਾਰ ਕਰਦੇ ਹਾਂ ਜਾ ਕੇ ਭੋਰਾ ਸਾਹਿਬ, ਉੱਥੇ ਮਹਾਰਾਜ ਜੀ ਕਹਿੰਦਾ ਹਾਲਾਂਕਿ ਢਿੱਲੇ ਸਨ ਸਾਰੀ ਰਾਤ ਬੈਠੇ ਰਹੇ, ਸੁੱਤੇ ਹੀ ਨਹੀਂ। ਕਹਿੰਦਾ ਮੈਂ ਹੈਰਾਨ ਹੋ ਗਿਆ, ਸਾਰੀ ਰਾਤ ਭਜਨ 'ਚ ਜੁੜੇ ਰਹੇ, ਅਤੇ ਉਹਨਾਂ ਦੀ ਕਮਾਈਆਂ ਹੀ ਨੇ ਜਿਹੜੀਆਂ ਕਿ ਉਹਨਾਂ ਦਾ ਅਸਰ ਕਰਦੀਆਂ ਨੇ ਆਪਣੇ ਉੱਪਰ। ਉਹਨਾਂ ਨੇ ਕਮਾਈਆਂ ਕੀਤੀਆਂ ਅਤੇ ਉਹਨਾਂ ਦੇ ਕਰਤੱਵ ਜਿਹੜੇ ਕੀਤੇ ਉਹਨਾਂ ਨੇ, ਇਤਨੀਆਂ ਕਮਾਈਆਂ ਕਰਕੇ ਫਿਰ ਉਹਨਾਂ ਨੇ ਉਪਦੇਸ਼ ਦਿੱਤਾ, ਉਸੇ ਉਪਦੇਸ਼ ਦਾ ਅਸਰ ਹੁੰਦਾ ਹੁੰਦਾ ਹੈ। ਮੇਰੇ ਵਰਗੇ ਖਾਲੀ ਜਿਹੜੇ ਢੋਲ ਹੁੰਦੇ ਆ ਉਹਨਾਂ ਦਾ ਕੁਛ ਨਹੀਂ ਬਣਦਾ, ਉਹਨਾਂ ਦੇ ਉਪਦੇਸ਼ ਦਾ ਕੋਈ ਅਸਰ ਨਹੀਂ ਹੈ। ਉਹ ਤਾਂ ਮਹਾਰਾਜ ਜੀ ਸਨ, ਜਿਸ ਕਾ ਅੰਤਰ ਵਸੈ ਨਿਰੰਕਾਰ ਤਿਸ ਕੀ ਸੀਖ ਤਰੇ ਸੰਸਾਰ। ਕਿੰਨੇ ਸੰਸਾਰ ਨੂੰ ਉਤਾਰ ਗਏ ਉਹ, ਗੁਰਮੁਖ ਕੋਟ ਉਧਾਰ ਦਾ ਕਰੋੜਾਂ ਦਾ ਉਧਾਰ ਕਰ ਗਏ ਨੇ ਮਹਾਰਾਜ ਜੀ। ਦੇ ਨਾਵੇ ਇੱਕ ਕਣੀ, ਕਰੋੜਾਂ ਦਾ ਮਤਲਬ ਪਤਾ, ਉਹ ਜੀਵਨ ਦੇ ਵਿੱਚ ਵੀ, ਜੀਵਨ ਤੋਂ ਬਾਅਦ ਵੀ, ਹੁਣ ਵੀ ਹੋ ਹੀ ਰਿਹਾ ਉਧਾਰ। ਹੁਣ ਵੀ ਪ੍ਰੇਮੀਆਂ ਨੂੰ ਦਰਸ਼ਨ ਦੇ ਜਾਂਦੇ ਨੇ। ਅਸੀਂ ਦੁਬਈ ਗਏ ਪਿਛਲੇ ਆਹ ਜਨਵਰੀ ਦੇ ਵਿੱਚ, ਉੱਥੇ ਇੱਕ ਗੁਰਮੁਖ 60 ਸਾਲ ਦਾ ਬਜ਼ੁਰਗ ਪਟਿਆਲੇ ਬੰਨੀ ਦਾ, ਉਹ ਕਹਿੰਦਾ ਜੀ ਸਾਡੇ ਸਿੰਘਾਂ ਨੂੰ ਕਹਿ ਦਿਓ 5 ਸਿੰਘ ਆ ਜਾਣ ਚਰਨ ਪਾ ਦਿਓ। ਮੈਂ ਕਿਹਾ ਕੋਈ ਗੱਲ ਨਹੀਂ, ਅਸੀਂ ਚਲੇ ਗਏ। ਉਹ ਗੱਲ ਕਰਨ ਲੱਗ ਗਿਆ, ਕਹਿੰਦਾ ਜੀ ਮੈਂ ਜਿੱਥੇ ਹੁਣ ਬੈਠਾ ਇੱਥੇ ਹੀ ਮੈਂ ਬੈਠਾ ਸੀ 2.5 ਸਾਲ ਪਹਿਲਾਂ। ਕਹਿੰਦਾ 2.5 ਸਾਲ ਪਹਿਲਾਂ ਮੈਂ ਬੈਠਾ ਸਵੇਰੇ 3 ਵਜੇ ਨਿਤਨੇਮ ਕਰਦਾ ਗੁਟਕੇ ਦੇ ਉੱਪਰ, ਬਹੁਤ ਜ਼ਿਆਦਾ ਚਾਨਣ ਹੋਇਆ ਮੇਰੇ ਕਮਰੇ 'ਚ, ਬਹੁਤ ਜ਼ਿਆਦਾ ਅੱਖਾਂ ਚੋਂਦੇ ਆ ਗਈਆਂ ਇੱਕਦਮ। ਕਹਿੰਦਾ ਜਦੋਂ ਗੁਟਕੇ ਤੋਂ ਨਿਗਾਹ ਚੱਕੀ, ਸਾਹਮਣੇ ਸੰਤ ਮਹਾਰਾਜ ਜੀ ਖੜ੍ਹੇ ਨੇ। ਸਿਰਫ 2.5 ਸਾਲ ਦੀ ਗੱਲ ਹੈ। ਕਹਿੰਦਾ ਮੈਂ ਅਜੇ ਸੋਚਦਾ ਹੀ ਹਾਂ ਵੀ ਨਮਸਕਾਰ ਕਰ ਲੈ, ਸਕਿੰਟ ਦੀ ਗੱਲ ਹੁੰਦੀ ਹੈ ਬਸ। ਉਹ ਮਹਾਰਾਜ ਅਲੋਪ ਹੋ ਗਏ। ਕਹਿੰਦਾ ਮੈਨੂੰ ਇੱਕ ਤਾਂ ਪਛਤਾਵਾ ਹੋਇਆ ਵੀ ਮੈਂ ਮਹਾਰਾਜ ਦੇ ਚਰਨੀ ਹੱਥ ਨਹੀਂ ਲਾ ਸਕਿਆ, ਖੁਸ਼ੀ ਮੈਨੂੰ ਇਹ ਹੋਈ ਵੀ ਹੈ ਪ੍ਰਦੇਸ਼ਾਂ ਵਿੱਚ ਵੀ ਮਹਾਰਾਜ ਮੈਨੂੰ ਦਰਸ਼ਨ ਦੇ ਗਏ ਗਰੀਬ ਨੂੰ। ਅਤੇ ਮਹਾਂਪੁਰਸ਼ ਕਿਤੇ ਜਾਂਦੇ ਆਉਂਦੇ ਥੋੜ੍ਹੀ ਨੇ, ਉਹ ਕਿਤੇ ਨਹੀਂ ਗਏ ਹਨ ਸਾਧ ਸੰਗਤ, ਉਹ ਆਪਣੇ ਵਿੱਚ ਹੀ ਵਿਚਰਦੇ ਹਨ। ਸੰਸਾਰ ਜਿਵੇਂ ਰੱਬ ਸਾਰਿਆਂ ਦੇ ਵਿੱਚ ਹੈ, ਇਸੇ ਤਰ੍ਹਾਂ ਬ੍ਰਹਮ ਗਿਆਨੀ ਸਦਾ ਹੀ ਸਾਰਿਆਂ ਵਿੱਚ ਹੀ ਇੱਕ ਰਸ, ਉਹਦਾ ਵਜੂਦ ਬਣ ਜਾਂਦਾ ਹੈ, ਸਾਰਿਆਂ ਵਿੱਚ ਇੱਕ ਰਸ ਹੋ ਜਾਂਦਾ ਉਹ। ਇਹ ਨਹੀਂ ਵੀ ਇੱਕ ਜਗ੍ਹਾ ਜ਼ਿਆਦਾ ਹੋਣਗੇ ਇੱਕ ਜਗ੍ਹਾ ਘੱਟ ਹੋਣਗੇ, ਉਹ ਜਿਵੇਂ ਪਰਿਪੂਰਨ ਵਾਹਿਗੁਰੂ ਹੈ ਉਸੇ ਤਰ੍ਹਾਂ ਪਰਿਪੂਰਨ ਮਹਾਂਪੁਰਸ਼ ਹੁੰਦੇ ਹਨ। ਇਹੋ ਜਿਹੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਆਪਾਂ 43ਵੀਂ ਬਰਸੀ ਜਲ ਪ੍ਰਵਾਹ ਦਿਵਸ ਮਨਾ ਰਹੇ ਹਾਂ। ਅੱਜ ਬੇਅੰਤ ਸੰਗਤਾਂ ਨਵੀਆਂ ਵੀ ਆਈਆਂ ਹਨ, ਨੇੜੇ ਨੇੜੇ ਇਲਾਕਿਆਂ ਦੀ ਵੀ ਆਈਆਂ ਹਨ ਸੰਗਤਾਂ। ਭਾਈ ਧੰਨ ਭਾਗ
ਤੁਹਾਨੂੰ ਵਧਾਈ ਦੇ ਪਾਤਰੋਂ ਜਿਨ੍ਹਾਂ ਨੂੰ ਸਤਸੰਗਤ ਇਹੋ ਜਿਹੇ ਮਹਾਂਪੁਰਸ਼ਾਂ ਦੀ ਵਰਤੀ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ। ਬੜੇ ਪੁੰਨ ਨੇ ਇਹ ਸਾਧ ਸੰਗਤ, ਐਵੇਂ ਨਹੀਂ ਗੱਲ ਹੈ। ਪੂਰੇ ਕਰਮਾਂ ਤੋਂ ਬਿਨਾਂ ਤਾਂ ਸਤਸੰਗਤ ਵਿੱਚ ਆਇਆ ਹੀ ਨਹੀਂ ਜਾਂਦਾ। ਪੂਰਵ ਕਰਮ ਅੰਕੁਰ ਜਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਨਮਾਂ ਜਨਮਾਤਰਾਂ ਦੀ ਸੁੱਤੀ ਬੁੱਧ ਜਾਗਦੀ ਹੈ ਇੱਥੇ। ਗੁਰੂ ਜਾਗਤ ਜੋਤ ਹੈ, ਜੇ ਚਰਨਾਂ 'ਚ ਬੈਠੇ ਹਾਂ, ਇਹ ਸਾਡੀ ਬੁੱਧ ਨੂੰ ਜਗਾਉਂਦੇ ਨੇ। ਜਗਾਇਆ ਤੇ ਬੈਠੇ ਹਾਂ ਜਾਗਦੇ, ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ, ਮਹਾਰਾਜ ਨੇ ਲਿਖਤਾ ਸਾਹਿਬ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ। ਹਰੀ ਕੀਰਤਨ ਵਿੱਚ ਜਾਗਣਾ ਚੰਗਾ, ਇਹ ਜਾਗਣਾ ਹੀ ਹੌਲੀ ਹੌਲੀ ਲਗਨ ਲਾ ਕੇ ਤੈਨੂੰ ਆਤਮਕ ਆਨੰਦ ਵਿੱਚ ਲੈ ਜਾਏਗਾ। ਉਹ ਜਾਗਰੂਕ ਅਵਸਥਾ ਮਿਲ ਜਾਏਗੀ ਜਿਹੜੀ ਵਰਮ ਗਿਆਨੀ ਦੀ ਹੁੰਦੀ ਹੈ। ਜਿਵੇਂ ਵਰਮ ਗਿਆਨੀ ਸਦਾ ਜਾਗਦਾ ਹੈ, ਸਦਾ ਹੀ ਜਿਉਂਦਾ ਹੈ, ਸਦ ਜੀਵੈ ਨਹੀਂ ਮਰਦਾ, ਉਹ ਅਵਸਥਾ ਮਿਲ ਸਕਦੀ ਹੈ। ਉਹਨਾਂ ਦੀ ਯਾਦ ਵਿੱਚ ਜੁੜੇ ਹਾਂ, ਭਾਗਾਂ ਵਾਲੇ ਹਾਂ। ਆਓ, ਹੁਣ ਸਮਾਂ ਬਹੁਤ ਹੋ ਗਿਆ, 12 ਵੱਜ ਗਏ। ਕੀਰਤਨ ਚੱਲਦਾ ਰਹੇਗਾ, ਸਤਸੰਗ ਸਮਾਪਤੀ ਨਹੀਂ ਹੋਏਗੀ। ਅਤੇ ਇਸੇ ਤਰ੍ਹਾਂ ਹੀ ਸਾਰੀ ਰਾਤ ਆਨੰਦ ਮਾਨਣਾ। ਬੋਲਦਿਆਂ ਤੋਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਹਨ, ਸੰਗਤ ਨੇ ਬਖਸ਼ ਦੇਣਾ। ਸਤਿਗੁਰੂ ਤਾਂ ਬਖਸ਼ੰਦ ਹਨ, ਹਮ ਅਪਰਾਧੀ ਸਦ ਭੁਲਤੇ ਤੁਮ ਬਖਸ਼ਣ ਹਾਰੇ, ਭੁਲਤੇ ਖਿਮਾ ਬਖਸ਼ਣੀ। ਸੋ ਇਹ ਸਮਾਂ ਬੜਾ ਕੀਮਤੀ ਹੈ ਜਿਹੜਾ ਆਪਾਂ ਨੇ ਲੇਖੇ ਵਿੱਚ ਲਾਇਆ। ਹਰ ਸਾਲ ਸਮਾਂ ਜਿਵੇਂ ਜਿਵੇਂ ਜੀਵਨ ਦਏਗਾ ਰੱਬ, ਕਿਉਂਕਿ ਹੱਥ ਵਿੱਚ ਹੈ ਨਾ ਇਹ ਪ੍ਰਭ ਡੋਰੀ ਹਾਰ ਤੁਮਾਰੇ, ਉਹਦੇ ਹੱਥ ਵਿੱਚ ਡੋਰੀ ਹੈ ਆਪਣੀ ਸਾਰੀ ਹੈ। ਜਿਵੇਂ ਜਿਵੇਂ ਜੀਵਨ ਬਖਸ਼ੇਗਾ, ਹਰ ਸਾਲ ਵੱਧ ਤੋਂ ਵੱਧ ਸੰਗਤ ਇਵੇਂ ਇੱਥੇ ਜੁੜੋ। ਆਪਾਂ ਮਹਾਰਾਜ ਦੀਆਂ ਖੁਸ਼ੀਆਂ ਲਈਏ, ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲਈਏ, ਪਰਮੇਸ਼ਰ ਦੀਆਂ ਖੁਸ਼ੀਆਂ ਲਈਏ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਇੱਕ ਬੇਨਤੀ ਕਰ ਲਈਏ ਵੀ ਮਹਾਰਾਜ ਕਿਰਪਾ ਕਰੋ, ਇਸੇ ਤਰ੍ਹਾਂ ਹੀ ਨਾ ਵਿਸਰਿਓ ਮਹਾਰਾਜ ਹੀਏ ਤੇ, ਨਾ ਵਿਸਰਿਓ, ਨਾ ਵਿਸਰਿਓ ਮਹਾਰਾਜ ਹੀਏ ਤੇ, ਨਾ ਵਿਸਰਿਓ, ਨਾ ਵਿਸਰਿਓ ਮਹਾਰਾਜ ਹੀਏ ਤੇ, ਨਾ ਵਿਸਰਿਓ।
ਵਿਸਰੋਹੀਏ ਮੋਰੇ ਤੇ ਨਾਨਕ ਦਾਸ ਇਹ ਦਾਨ ਮੰਗਾ ਕਹਿਤ ਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੋ ਨਵੇਰਾ ਅਬ ਕੀ ਵਾਰ ਬਖਸ਼ ਬੰਦੇ ਕੋ ਬਹੁੜ ਨਾ ਭਵ ਜਲ ਫੇਰਾ ਮਹਾਰਾਜ ਜੀ ਚੱਕਰ ਨਾ ਪਵੇ ਕਿਰਪਾ ਕਰ ਦਿਓ ਆਓ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।